ਹਾਂਜੀ ਸਾਥੀਓ ਮੈਂ ਆਸ ਕਰਦਾ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅਤੇ ਤੁਹਾਡੀ ਤਿਆਰੀ ਬਹੁਤ ਵਧੀਆ ਚੱਲ ਰਹੀ ਹੋਊਗੀ ਸੋ ਪਿਛਲੀ ਵਾਰੀ ਤਰ੍ਹਾਂ ਇਸ ਵਾਰ ਵੀ ਸਟਾਰਟ ਕਰਨ ਜਾ ਰਹੇ ਹਾਂ ਇੱਕ ਬਹੁਤੀ ਪਿਆਰੇ ਜਿਹਾ ਕੋਰਸ ਨਾਲ ਇਹ ਗ੍ਰੇਟ ਅਚੀਵਮੈਂਟ ਇਜ਼ ਯੂਸੂਅਲੀ ਬੌਰਨ ਆਫ ਗ੍ਰੇਟ ਸੈਕਰੀਫਾਈਸ ਐਂਡ ਇਜ਼ ਨੈਵਰ ਦਾ ਰਿਜ਼ਲਟ ਆਫ ਸੈਲਫਿਸ਼ਨੈਸ ਦੇਖੋ ਜੀ ਪਿਛਲੀ ਵੀਡੀਓ ਦੇ ਵਿੱਚ ਵੀ ਅਸੀਂ ਗੱਲ ਕੀਤੀ ਸੀ ਕਿ ਸਕਸੈਸ ਬਹੁਤ ਕੁਝ ਮੰਗਦੀ ਹੈ ਸੋ ਉਹਨਾਂ ਦੇ ਵਿੱਚੋਂ ਇੱਕ ਹੁੰਦਾ ਹੈ ਸੈਕਰੀਫਾਈਸ ਸੋ ਜੇਕਰ ਆਪਾਂ ਜ਼ਿੰਦਗੀ ਦੇ ਵਿੱਚ ਸਕਸੈਸ ਅਚੀਵ ਕਰਨਾ ਚਾਹੁੰਦੇ ਆ ਤਾਂ ਆਪ ਨੂੰ ਬਹੁਤ ਚੀਜ਼ਾਂ ਛੱਡਣੀਆਂ ਪੈਣੀਆਂ ਨੇ ਆਪਾਂ ਨੂੰ ਆਪਣਾ ਕੰਫਰਟ ਜ਼ੋਨ ਛੱਡਣਾ ਪੈਣਾ ਠੀਕ ਹੈ ਨਾ ਜਿੰਨਾ ਟਾਈਮ ਆਪਾਂ ਕੰਫਰਟ ਜ਼ੋਨ ਦੇ ਵਿੱਚ ਹੈਗੇ ਆ ਨੋ ਡਾਊਟ ਆਪ ਨੂੰ ਪਲੇਜ਼ਰ ਮਿਲੂਗਾ ਠੀਕ ਹੈ ਨਾ ਲੇਕਿਨ ਪਲੇਜ਼ਰ ਸ਼ਾਰਟ ਟਰਮ ਦਾ ਹੁੰਦਾ ਐਂਡ ਜੋ ਸਕਸੈਸ ਦੇ ਨਾਲ ਤੁਹਾਨੂੰ ਆਨੰਦ ਮਿਲੂਗਾ ਉਹ ਲੌਂਗ ਟਰਮ ਦਾ ਹੁੰਦਾ ਠੀਕ ਹੈ ਨਾ ਕੰਫਰਟ ਜ਼ੋਨ ਆਪਾਂ ਨੂੰ ਛੱਡਣਾ ਪੈਣਾ ਸਵੇਰੇ ਦੇਖੋ ਆਪਾਂ ਜੇਕਰ ਗੱਲ ਕਰੀਏ ਸਵੇਰ ਤੋਂ ਸਟਾਰਟ ਕਰ ਲਈ ਆਪਾਂ ਸਵੇਰੇ ਜਦੋਂ ਬੈੱਡ ਤੇ ਹੁੰਨੇ ਆਂ ਨੀਂਦ ਆਈ ਹੁੰਦੀ ਆਪਾਂ ਨੂੰ ਠੀਕ ਹੈ ਉਦੋਂ ਉੱਠਣਾ ਕਿਹਨੂੰ ਪਸੰਦ ਹੁੰਦਾ ਹਰੇਕ ਨੂੰ ਇਸ ਤਰ੍ਹਾਂ ਹੁੰਦਾ ਹੀ ਵੱਧ ਤੋਂ ਵੱਧ ਮੈਂ ਨੀਂਦ ਲਵਾਂ ਹੋਰ ਮੈਂ ਸੌਂਾਂ ਹੋਰ ਮੈਂ ਸੌਂਾਂ ਨੀਂਦ ਹਰ ਇੱਕ ਨੂੰ ਪਿਆਰੀ ਹੁੰਦੀ ਆ ਲੇਕਿਨ ਆਪਾਂ ਨੂੰ ਇਹ ਨੀਂਦ ਦਾ ਮੂਹ ਛੱਡਣਾ ਪੈਣਾ ਠੀਕ ਹੈ ਜਿੰਨੀ ਕੀ ਨੀਂਦ ਆਪਾਂ ਨੂੰ ਆਪਣੀ ਹੈਲਥ ਲਈ ਚਾਹੀਦੀ ਓਨੀ ਨੀਂਦ ਜ਼ਰੂਰ ਲਓ ਲੇਕਿਨ ਜੋ ਐਕਸੈਸ ਦੇ ਵਿੱਚ ਮੂਹ ਆ ਉਹ ਆਪਾਂ ਨੂੰ ਛੱਡਣਾ ਪੈਣਾ ਠੀਕ ਹੈ ਨਾ ਜੋ ਚੀਜ਼ਾਂ ਦੇਖੋ ਤੁਹਾਨੂੰ ਪਸੰਦ ਹੈਗੀਆਂ ਐਂਡ ਉਹ ਤੁਹਾਡੀ ਸਕਸੈਸ ਦੇ ਰਾਹ ਦੇ ਵਿੱਚ ਰੋੜਾ ਨੇ ਮੀਨਸ ਕਿ ਉਹ ਤੁਹਾਨੂੰ ਸਕਸੈਸ ਅਚੀਵ ਕਰਨ ਤੋਂ ਰੋਕ ਰਹੀਆਂ ਤਾਂ ਉਹ ਚੀਜ਼ਾਂ ਤੁਹਾਨੂੰ ਛੱਡਣੀਆਂ ਪੈਣੀਆਂ ਹੀ ਪੈਣੀਆਂ ਹੈਗੀਆਂ ਤੁਹਾਨੂੰ ਅਨਸੈਸਰੀ ਜੇ ਤੁਹਾਡੇ ਸੋਸ਼ਲ ਮੀਡੀਆ ਇੰਗੇਜਮੈਂਟਸ ਆ ਉਹ ਛੱਡਣੀਆਂ ਪੈਣੀਆਂ ਜੋ ਤੁਸੀਂ ਅਨਸੈਸਰੀ ਬਾਹਰ ਅੰਦਰ ਘੁੰਮਦੇ ਫਿਰਦੇ ਹੋ ਉਹ ਛੱਡਣਾ ਪੈਣਾ ਤੁਹਾਨੂੰ ਡਿਸਿਪਲਨ ਲਿਆਉਣਾ ਪੈਣਾ ਠੀਕ ਹੈ ਨਾ ਦੂਜੀ ਗੱਲ ਹੈਗੀ ਦੇਖੋ ਸੈਲਫਿਸ਼ਨੈਸ ਸਲਫੇਸ਼ਨ ਦੇਖੋ ਆਪਾਂ ਨੂੰ ਬਿਨਾ ਸਵਾਰਥ ਤੋਂ ਕੰਮ ਕਰਨਾ ਹੈ ਬਿਨਾ ਸਵਾਰਥ ਹੋ ਜੇਕਰ ਆਪਾਂ ਕੰਮ ਕਰਾਂਗੇ ਤਾਂ ਲਾਈਫ ਦੇ ਵਿੱਚ ਬਹੁਤ ਅੱਗੇ ਜਾਵਾਂਗੇ ਆਪਾਂ ਠੀਕ ਹੈ ਨਾ ਸਮ ਟਾਈਮਸ ਕੀ ਹੁੰਦਾ ਜੇਕਰ ਸਾਨੂੰ ਕੋਈ ਨਵੀਂ ਚੀਜ਼ ਪਤਾ ਲੱਗਦੀ ਹੈ ਜਾਂ ਸਾਨੂੰ ਕੋਈ ਨਵਾਂ ਸੋਰਸ ਪਤਾ ਲੱਗਦਾ ਸਪੋਜ਼ ਕਰੋ ਆਪਾਂ ਤਿਆਰੀ ਕਰ ਰਹੇ ਨਵਾਂ ਸੋਰਸ ਪਤਾ ਲੱਗਾ ਵੀ ਹਾਂ ਇਹ ਸੋਰਸ ਤੋਂ ਕੁਐਸਚਨ ਆ ਰਹੇ ਆ ਤਾਂ ਤੁਸੀਂ ਉਹ ਸੋਰਸ ਨੂੰ ਸਿਰਫ ਆਪਣੇ ਤੱਕ ਨਹੀਂ ਰੱਖਣਾ ਹੈਗਾ ਉਹਨੂੰ ਹੋਰ ਨਾਲ ਦੇ ਸਾਥੀਆਂ ਨੂੰ ਵੀ ਦੱਸਣਾ ਹੈਗਾ ਬਿਕੋਜ਼ ਅ ਗਿਆਨ ਆਪਾਂ ਜਿੰਨਾ ਵੰਡਾਂਗੇ ਨਾ ਜਿਕਰ ਜਿੰਨਾ ਕੁਝ ਆਪਣੇ ਕੋਲੇ ਹੈਗਾ ਉਹ ਵੱਧ ਵੰਡਾਂਗੇ ਆਪਾਂ ਤਾਂ ਉਹਨੇ ਓਨਾ ਹੀ ਜ਼ਿਆਦਾ ਵਧਣਾ ਹੈਗਾ ਉਹਦਾ ਓਨਾ ਹੀ ਵੱਧ ਫਲ ਆਪਾਂ ਨੂੰ ਮਿਲਣਾ ਹੈਗਾ ਸੋ ਇਸ ਕਰਕੇ ਦੇਖੋ ਜੀ ਸੈਕਰੀਫਾਈਸ ਆਪਾਂ ਨੂੰ ਕਰਨਾ ਪੈਣਾ ਜੇਕਰ ਆਪਾਂ ਲਾਈਫ 'ਚ ਕੁਝ ਨਾ ਕੁਝ ਕਰਨਾ ਚਾਹੁੰਦੇ ਆ ਐਂਡ ਬਿਨਾ ਸਵਾਸ ਤੋਂ ਆਪਾਂ ਨੂੰ ਕੰਮ ਕਰਨਾ ਪੈਣਾ ਸੋ ਇਸ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਨੇ ਹੈਗੇ ਅਪ੍ਰੈਲ 2023 ਦੇ ਕਰੰਟ ਅਫੇਅਰ ਸੋ ਫਸਟ ਹੈਗਾ ਜੀ ਰੀਸੈਂਟਲੀ ਪੰਜਾਬ ਗਵਰਨਮੈਂਟ ਅਨਾਉਂਸ ਟੂ ਮੇਕ ਮਹਾਰਾਜਾ ਦਲੀਪ ਸਿੰਘ ਮੈਮੋਰੀਅਲ ਅ ਪਲੇਸ ਆਫ ਟੂਰਿਸਟ ਅਟਰੈਕਸ਼ਨ ਇਟ ਇਜ਼ ਲੋਕੇਟਿਡ ਇਨ ਵਿਚ ਡਿਸਟ੍ਰਿਕਟ ਇਹ ਹੈਗਾ ਅੰਮ੍ਰਿਤਸਰ ਬੀ ਹੈਗਾ ਲੁਧਿਆਣਾ ਸੀ ਹੈਗਾ ਪਟਿਆਲਾ ਐਂਡ ਡੀ ਹੈਗਾ ਮੂਗਾ ਦੇਖੋ ਮੇਰੇ ਖਿਆਲ ਨਾਲ ਤੁਹਾਡੇ ਜੇ ਬਹੁਤ ਇਸ ਤਰ੍ਹਾਂ ਦੇ ਐਸਪੀਰੀਐਂਟਸ ਹੋਣਗੇ ਜਿਨ੍ਹਾਂ ਨੂੰ ਮਹਾਰਾਜਾ ਦਲੀਪ ਸਿੰਘ ਮੈਮੋਰੀਅਲ ਬਾਰੇ ਪਹਿਲੀ ਵਾਰ ਪਤਾ ਲੱਗਿਆ ਹੋਣਾ ਜਦੋਂ ਮੈਂ ਵੀ ਇਹ ਨਿਊਜ਼ ਪੜ੍ਹਤਾ ਸੀਗਾ ਨਾ ਤਾਂ ਮੈਨੂੰ ਵੀ ਪਹਿਲੀ ਵਾਰੀ ਪਤਾ ਲੱਗਿਆ ਕਿ ਯਾਰ ਇਸ ਤਰ੍ਹਾਂ ਦੀ ਮੈਮੋਰੀਅਲ ਕੋਈ ਪੰਜਾਬ ਦੇ ਵਿੱਚ ਵੀ ਹੈਗੀ ਹੈ ਸੋ ਇਸ ਕਰਕੇ ਮੇਰੇ ਲਈ ਵੀ ਇੱਕ ਬਹੁਤ ਨਵੀਂ ਗੱਲ ਸੀ ਐਂਡ ਮੈਨੂੰ ਲੱਗਦਾ ਕਿ ਮੇਰੇ ਤਰ੍ਹਾਂ ਬਹੁਤ ਸਾਰੇ ਐਸਪੀਰੈਂਟਸ ਦੇ ਲਈ ਇੱਕ ਨਵੀਂ ਗੱਲ ਹੋਊਗੀ ਸੋ ਦੇਖੋ ਮਹਾਰਾਜਾ ਦਲੀਪ ਸਿੰਘ ਬਾਰੇ ਦੇਖੋ ਆਪਾਂ ਨੂੰ ਇਹ ਪਤਾ ਹੈਗਾ ਜੀ ਠੀਕ ਹੈ ਨਾ ਕਿ ਮਹਾਰਾਜਾ ਰਣਜੀਤ ਸਿੰਘ ਦੇ ਵੰਸ਼ ਦੇ ਵਿੱਚੋਂ ਹੀ ਵਾਸ ਦਾ ਲਾਸਟ ਪਰਸਨ ਜਿਹੜਾ ਗੱਦੀ ਤੇ ਬੈਠਾ ਸੀਗਾ ਠੀਕ ਹੈ ਨਾ ਉਸ ਤੋਂ ਬਾਅਦ ਆਪਾਂ ਨੂੰ ਪਤਾ ਕਿ ਪੰਜਾਬ ਨੂੰ ਅੰਗਰੇਜ਼ਾਂ ਨੇ ਦੁਆਰਾ ਆਪਣੇ ਦੀਨ ਕਰ ਲਿਆ ਗਿਆ ਸੀਗਾ ਸੋ ਇਹਦਾ ਰਾਈਟ ਆਨਸਰ ਹੈਗਾ ਜੀ ਅਨਸਰ ਬੀ ਲੁਧਿਆਣਾ ਲੁਧਿਆਣਾ ਦੇ ਵਿੱਚ ਮਹਾਰਾਜਾ ਦਲੀਪ ਸਿੰਘ ਦੀ ਮੈਮੋਰੀਅਲ ਬਣੀ ਹੋਈ ਹੈ ਜਿਹਨੂੰ ਕਿ ਨਾਮ ਦਿੱਤਾ ਜਾਂਦਾ ਜੀ ਬੱਸੀਆਂ ਕੋਠੀ ਦਾ ਠੀਕ ਹੈ ਨਾ ਸੋ ਵਰਲਡ ਹੈਰੀਟੇਜ ਡੇ ਤੇ ਵਰਲਡ ਹੈਰੀਟੇਜ ਡੇ ਸੈਲੀਬ੍ਰੇਟ ਕੀਤਾ ਜਾਂਦਾ ਹੈਗਾ 18 April ਨੂੰ ਇਸ ਦਿਨ ਨੂੰ ਜੋ ਪੰਜਾਬ ਦੇ ਮਿਨਿਸਟਰ ਆਫ ਟੂਰਿਜ਼ਮ ਐਂਡ ਕਲਚਰਲ ਅਫੇਅਰ ਨੇ ਅਨਮੋਲ ਗਗਨ ਮਾਨ ਜੀ ਉਨ੍ਹਾਂ ਦੁਆਰਾ ਇਹ ਅਨਾਉਂਸ ਕੀਤਾ ਗਿਆ ਸੀਗਾ ਕਿ ਜੋ ਬਸੀਆਂ ਕੋਠੀ ਦੇ ਵਿੱਚ ਇਹ ਮੈਮੋਰੀਅਲ ਬਣੀ ਹੋਈ ਹੈ ਠੀਕ ਹੈ ਨਾ ਉਹਨੂੰ ਸਟੇਟ ਗਵਰਨਮੈਂਟ ਅਡਾਪਟ ਕਰੂਗੀ ਐਂਡ ਉਹਨੂੰ ਟੂਰਿਸਟ ਆਫ ਅਟਰੈਕਸ਼ਨ ਬਣਾਇਆ ਜਾਊਗਾ ਐਂਡ ਇਹ ਇੰਪੋਰਟੈਂਟ ਕਿਉਂ ਆ ਬਿਕੋਜ਼ ਅੰਗਰੇਜ਼ਾਂ ਨੇ ਦੁਆਰਾ ਪੰਜਾਬ ਨੂੰ ਆਪਦੇ ਅੰਦਰ ਲਿਆਉਣ ਤੋਂ ਪਹਿਲਾਂ ਜਿਹੜੀ ਥਾਂ ਤੇ ਲਾਸਟ ਨਾਈਟ ਮਹਾਰਾਜਾ ਦਲੀਪ ਸਿੰਘ ਰਹੇ ਸੀ ਉਹ ਇਹ ਪਲੇਸ ਹੈਗੀ ਹੈ ਠੀਕ ਹੈ ਨਾ ਮਹਾਰਾਜਾ ਦਲੀਪ ਸਿੰਘ ਨੇ ਆਪਦੀ ਜਿਹੜੀ ਲਾਸਟ ਨਾਈਟ ਉਹ ਇੱਥੇ ਸਪੈਂਡ ਕੀਤੀ ਸੀ ਇਸ ਕਰਕੇ ਇੰਪੋਰਟੈਂਟ ਹੋ ਜਾਂਦੀ ਹੈ ਹੁਣ ਦੇਖੋ ਇੱਕ ਇਸ ਤੋਂ ਲਾਓ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਣੀ ਚਾਹਣਾ ਕਿ ਜੋ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਜੋ-ਜ ਪਰਸਨ ਗੱਦੀ ਤੇ ਬੈਠੇ ਨੇ ਉਹਨਾਂ ਦੀ ਕ੍ਰੋਨੋਲੋਜੀ ਵੀ ਤੁਸੀਂ ਯਾਦ ਰੱਖਣੀ ਹੈ ਐਂਡ ਕੌਣ-ਕੌਣ ਬੈਠੇ ਉਹ ਵੀ ਯਾਦ ਰੱਖਣਾ ਸੋ ਇਹਦੇ ਅਸਤੇ ਮੈਂ ਤੁਹਾਨੂੰ ਇੱਕ ਸ਼ਾਰਟ ਟਰਿਕ ਦੱਸਣੀ ਚਾਹਣਾ K N C S D ਠੀਕ ਹੈ ਨਾ ਇਹਦਾ ਮੀਨਿੰਗ ਕੀ ਹੈ ਕਿ ਕਾਕੇ ਨੇ ਕਾਕੇ ਨੇ ਚਾਚੇ ਨੂੰ ਸੇਵ ਦਿੱਤਾ ਇੱਥੇ ਮੈਂ ਲਿਖ ਵੀ ਦਿੰਨਾ ਕਾਕੇ ਨੇ ਚਾਚੇ ਨੂੰ ਸੇਬ ਦਿੱਤਾ ਇੱਥੇ ਦੇਖੋ ਆਪਾਂ ਕ ਇਹ ਚੱਕਣਾ ਇੱਥੋਂ ਐਨ ਚੱਕਣਾ ਇੱਥੋਂ ਸੀ ਆ ਹੈਗਾ ਸਾਈਲੈਂਟ ਆਪਣੇ ਕੋਲੇ ਇੱਥੋਂ ਐਸ ਦੇ ਇੱਥੋਂ ਡੀ ਸੋ ਮਹਾਰਾਜ ਰਣਜੀਤ ਸਿੰਘ ਤੋਂ ਇਮੀਡੀਏਟਲੀ ਬਾਅਦ ਕੌਣ ਬਣਿਆ ਸੀਗਾ ਖੜਕ ਸਿੰਘ ਠੀਕ ਹੈ ਜੀ ਉਸ ਤੋਂ ਬਾਅਦ ਦੂਜੀ ਨੰਬਰ ਤੇ ਕੌਣ ਬਣਨੇ ਐਨ ਤੇ ਨੋ ਨਿਹਾਲ ਸਿੰਘ ਸੀ ਤੇ ਕੌਣ ਬਣਨੇ ਚੰਦਕੌਰ ਐਸ ਦੇ ਕੌਣ ਬਣੇ ਨੇ ਸ਼ੇਰ ਸਿੰਘ ਅਨ ਡੀ ਤੇ ਕੌਣ ਬਣੇ ਨੇ ਬਲੀਪ ਸਿੰਘ ਦੇਖੋ ਇਹਨਾਂ ਦੇ ਇਨ ਬਿਟਵੀਨ ਵੀ ਬਣੇ ਨੇ ਲੇਕਿਨ ਜੋ ਪ੍ਰੋਮਿਨੈਂਟ ਨੇ ਇਹ ਉਹ ਹੀ ਪੰਜ ਨੇ ਠੀਕ ਹੈ ਜੀ ਸੋ ਇਸ ਕਰਕੇ ਤੁਸੀਂ ਇਹਨਾਂ ਨੂੰ ਧਿਆਨ ਨਾਲ ਯਾਦ ਕਰ ਲੈਣਾ ਹੈ ਸੈਕੰਡ ਕੁਐਸਚਨ ਹੈਗਾ ਜੀ ਪੰਜਾਬ ਸੀਐਮ ਅਨਵੈਲਡ ਸਟੈਚੂ ਆਫ ਇਮੀਨੈਂਟ ਫ੍ਰੀडम फाइਟਰ ਤੇਜਾ ਸਿੰਘ ਸੁਤੰਤਰ ਵਿੱਚ ਆਫ ਦਾ ਫੋਲੋਇੰਗ ਸਟੇਟਮੈਂਟਸ ਆਰ ਕਰੈਕਟ ਅਬਾਊਟ ਹਿਮ ਲਖੋ ਇਹ ਆਪਣੇ ਪੇਪਰ ਦੇ ਪੁਆਇੰਟ ਆਫ 뷰 ਉਹ ਤੋਂ ਕਾਫੀ ਇੰਪੋਰਟੈਂਟ ਹੋ ਜਾਂਦਾ ਬਿਕਾਜ਼ ਉਹ ਤੇਜ ਸਿੰਘ ਸਤੰਤਰ ਦੀ ਫ੍ਰੀडम फाइਟਰ ਸੀਗੇ ਇਸ ਇਲਾਵਾ ਪੰਜਾਬ ਦੇ ਵਿੱਚ ਹੋਰ ਵੀ ਕਾਫੀ ਕੰਟਰੀਬਿਊਸ਼ਨਸ ਹੈਗੀਆਂ ਨੇ ਉਹਨਾਂ ਦੀਆਂ ਜੋ ਆਪਾਂ ਅੱਗੇ ਦੇਖਾਂਗੇ ਸੋ ਸਟੇਟਮੈਂਟ ਏ ਹੈਗੀ ਹੈ ਹੀ ਵਾਸ ਪਾਰਟਿਸਪੈਂਟ ਆਫ ਗੁਰੂਦਵਾਰਾ ਸੁਧਾਰ ਲਹਿਰ ਹੀ ਵਾਸ ਇਨਵੋਲਵਡ ਇਨ ਗਦਰ ਐਕਟੀਵਿਟੀਆਂ ਹੀ ਵਾਸ ਐਕਟਿਵ ਮੈਂਬਰ ਆਫ ਪੰਜਾਬ ਕਮਿਊਨਿਸਟ ਪਾਰਟੀ ਔਰ ਡੀ ਹੈਗਾ 올 ਆਫ दी ਅਬ ਐਂਡ ਇਹਦਾ ਰਾਈਟ ਆਨਸਰ ਹੈਗਾ ਜੀ ਡੀ 올 ਆਫ 디 바보 ਗੁਰਦੁਆਰਾ ਸੁਧਾਰ ਲਹਿਰ ਦੇ ਮੈਂਬਰ ਸੀਗੇ ਤੇਜ ਸਿੰਘ ਸੰਤਾਨਦਰ ਜੀ ਗਦਰ ਐਕਟੀਵਿਟੀਆਂ ਦੇ ਵਿੱਚ ਵੀ ਇਨਵੋਲਵਮੈਂਟ ਰਹੀ ਹੈ ਐਂਡ ਪੰਜਾਬ ਕਮਿਊਨਿਸਟ ਪਾਰਟੀ ਦੇ ਐਕਟਿਵ ਮੈਂਬਰ ਸੀਗੇ ਹੁਣ ਉਹਨਾਂ ਬਾਰੇ ਆਪਾਂ ਜਾਣਨ ਦੀ ਕੋਸ਼ਿਸ਼ ਕਰਦੇ ਦੇਖੋ ਜੀ ਪੰਜਾਬ ਸੀਐਮ ਦੇ ਵੱਲੋਂ ਤੇਜਾ ਸਿੰਘ ਸੰਤਾਨਦਰ ਦਾ ਸਟੈਚੂ ਅਨਵੀਲ ਕੀਤਾ ਗਿਆ ਸੰਗਰੂਰ ਦਾ ਇੱਕ ਪਿੰਡਾ ਨਿਹਾਲਗੜ੍ਹ ਠੀਕ ਹੈ ਨਾ ਐਂਡ ਇਹ ਮੌਕਾ ਕਿਹੜਾ ਸੀਗਾ ਉਹਨਾਂ ਦੀ 50ਵੀਂ ਡੈਥ ਐਨੀਵਰਸਰੀ ਸੈਲੀਬ੍ਰੇਟ ਕੀਤੀ ਗਈ ਠੀਕ ਹੈ ਜੀ ਕੁਣ ਤੀਜਾ ਸਿੰਘ ਸੰਘ ਸੰਤੰਤਰ ਬਾਰੇ ਆਪਾਂ ਹੋਰ ਜਾਣਦੇ ਆ ਸਿੱਖ ਪ੍ਰੀਚਰ ਸੀਗੇ ਦੇਖੋ ਜੀ ਉਹ ਪ੍ਰਚਾਰਕ ਸੀਗੇ ਠੀਕ ਹੈ ਨਾ ਐਂਡ ਉਸ ਤੋਂ ਬਾਅਦ ਰੈਵੋਲੂਸ਼ਨਰੀ ਵੀ ਬਣਦੇ ਆ ਬਿਕੋਜ਼ ਕਾਫੀ ਅਤਿਆਚਾਰ ਅੰਗਰੇਜ਼ਾਂ ਦੇ ਵੱਲੋਂ ਕੀਤੇ ਜਾਂਦੇ ਨੇ ਜਦੋਂ ਆਪਾਂ ਉਹਨਾਂ ਦੇ ਮੁੱਢਲੇ ਜੀਵਨ ਤੋਂ ਸਟਾਰਟ ਕਰਦੇ ਆ ਤਾਂ ਉਹਨਾਂ ਦਾ ਫਰਸਟਲੀ ਨਾਮ ਸੀਗਾ ਜੀ ਸਮੁੰਦ ਸਿੰਘ ਠੀਕ ਹੈ ਸਮੁੰਦ ਸਿੰਘ ਐਕਚੁਅਲ ਦੇ ਵਿੱਚ ਨਾਮ ਸੀਗਾ ਉਹਨਾਂ ਦਾ ਐਂਡ ਜਨਮ ਕਿੱਥੇ ਹੁੰਦਾ ਉਹਨਾਂ ਦਾ ਗੁਰਦਾਸਪੁਰ ਡਿਸਟ੍ਰਿਕਟ ਦੇ ਵਿੱਚ ਹੁਣ ਤੁਸੀਂ ਇੱਕ ਗੱਲ ਨੋਟ ਕਰਨੀ ਹੈ ਸਟਾਚੂ ਲਾਇਆ ਗਿਆ ਉਹਨਾਂ ਦਾ ਨਿਹਾਲਗੜ੍ਹ ਦੇ ਵਿੱਚ ਜਿਹੜਾ ਕਿ ਸੰਗਰੂਰ ਦੇ ਵਿੱਚ ਲੇਕਿਨ ਜਨਮ ਹੁੰਦਾ ਉਹਨਾਂ ਦਾ ਗੁਰਦਾਸਪੁਰ ਦੇ ਵਿੱਚ ਹੁਣ ਇਹ ਚੀਜ਼ ਆ ਇਸ ਤਰ੍ਹਾਂ ਕਿਉਂ ਆ ਇਹ ਪੱਗ ਦੇਖਣੀ ਹੈਗੀ ਹੈ ਉਹਨਾਂ ਦੇ ਪਿਤਾ ਦਾ ਨਾਮ ਕਿਰਪਾਲ ਸਿੰਘ ਸੀਗਾ ਖਾਲਸਾ ਕਾਲਜ ਅੰਮ੍ਰਿਤਸਰ ਦੇ ਵਿੱਚ ਉਹਨਾਂ ਦੀ ਪੜ੍ਹਾਈ ਹੁੰਦੀ ਹੈ ਠੀਕ ਹੈ ਜੀ ਐਂਡ ਇਨੀਸ਼ੀਅਲੀ ਦੇਖੋ ਉਹ ਜਦੋਂ ਸਟਾਰਟ ਸਟਾਰਟ ਕਰਦੇ ਆ ਤਾਂ ਜਲਿਆਂ ਵਾਲੇ ਬਾਗ ਦੇ ਵਿੱਚ ਜੋ ਐਕਟ੍ਰਿਸਿਟੀਆਂ ਹੁੰਦੀਆਂ ਹਨ ਉਹਨਾਂ ਦਾ ਵਿਰੋਧ ਕਰਨ ਦੇ ਵਿੱਚ ਇਹ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਰਿਹਾ ਠੀਕ ਹੈ ਨਾ ਉਸ ਤੋਂ ਇਲਾਵਾ ਜੀ ਇਹਨਾਂ ਨੇ ਅਕਾਲੀ ਦਲ ਨੂੰ ਵੀ ਜੁਆਇਨ ਕੀਤਾ ਸੀਗਾ ਠੀਕ ਹੈ ਐਂਡ ਸਤੰਬਰ 1921 ਦੇ ਵਿੱਚ ਇਹ ਇੱਕ ਸਤੰਤਰ ਜਥਾ ਬਣਾਉਂਦੇ ਆ ਠੀਕ ਹੈ ਐਂਡ ਸਤੰਤਰ ਜਥਾ ਜਿਹੜਾ ਉਹਦੀ ਪਹਿਲੀ ਕੋਸ਼ਿਸ਼ ਦੇ ਵਿੱਚ ਕੀ ਕਰਦਾਗਾ ਗੁਰਦਾਸਪੁਰ ਜ਼ਿਲ੍ਹੇ ਦਾ ਇੱਕ ਪਿੰਡ ਆ ਤਿੱਜਾ ਉਸ ਗੁਰਦੁਆਰੇ ਨੂੰ ਮਹੰਤਾਂ ਨੇ ਆਪਦੇ ਹਿੱਟ ਲਿਆ ਹੋਇਆ ਸੀਗਾ ਤਾਂ ਇਹ ਯਤਨ ਕਰਕੇ ਉਸ ਗੁਰਦੁਆਰੇ ਜਿਹੜਾ ਮਹੰਤਾਂ ਦੇ ਹੇਠੋਂ ਆਜ਼ਾਦ ਕਰੋ ਨੇ ਰਿਲੀਜ਼ ਕਰੋ ਹੁੰਦੇ ਠੀਕ ਹੈ ਜੀ ਸੋ ਏਸੇ ਚੀਜ਼ ਦੀ ਸੀਲੀਬ੍ਰੇਸ਼ਨ ਦੇ ਵਿੱਚ ਉਹਦੇ ਕਲੀਗਜ਼ ਜਿਹੜੇ ਹੁੰਦੇ ਨੇ ਇਹਨਾਂ ਦੇ ਉਹ ਇਹਨਾਂ ਨੂੰ ਤੇਜਾ ਸਿੰਘ ਸਤੰਤਰ ਨਾਮ ਦਿੰਦੇ ਆ ਤੇਜਾ ਨਾਮ ਆਇਆ ਦੇਖੋ ਗੁਰਦੁਆਰੇ ਤੋਂ ਜਿਨ੍ਹਾਂ ਨੂੰ ਇਹਨਾਂ ਨੇ ਆਜ਼ਾਦ ਕਰਵਾਇਆ ਸੀ ਐਂਡ ਸਤੰਤਰ ਨਾਮ ਹੈ ਉਸ ਜਥੇਰੇ ਦੇ ਨਾਮ ਤੋਂ ਠੀਕ ਹੈ ਨਾ ਇਸ ਤੋਂ ਇਲਾਵਾ ਤੇਜਾ ਸਿੰਘ ਗੁਰੂ ਕਾ ਬਾਗ ਕੈਂਪੇਨ ਆ ਉਹਦੇ ਵਿੱਚ ਵੀ ਹਿੱਸਾ ਲੈਂਦੇ ਆ ਐਂਡ 1923 ਦੇ ਵਿੱਚ ਤੇਜਾ ਸਿੰਘ ਕੀ ਕਰਦਾ ਜੀ ਕਾਬਲ ਚਲੇ ਜਾਂਦੇ ਠੀਕ ਹੈ ਨਾ ਸਿੱਖੀਜ਼ਮ ਨੂੰ ਪ੍ਰਮੋਟ ਕਰਨ ਦੇ ਲਈ ਇੱਥੇ ਜਾ ਕੇ ਉਹ ਗਦਰ ਲੀਡਰ ਦੇ ਕੰਟੈਕਟ ਦੇ ਵਿੱਚ ਆਉਂਦੇ ਆ ਹੁਣ ਤੁਸੀਂ ਇਹ ਗਦਰ ਲੀਡਰਸ ਦੇ ਨਾਮ ਵੀ ਟੈਂਚ ਰੱਖਣੇ ਆ ਬਿਕੋਜ਼ ਤੇਜ ਸਿੰਘ ਸਤੰਤਰ ਨਾਲ ਰਿਲੇਟਡ ਨੇ ਇਹ ਤੁਹਾਨੂੰ ਪੇਪਰ 'ਚ ਪੁੱਛੇ ਜਾ ਸਕਦੇ ਆ ਉਦਮ ਸਿੰਘ ਕਸੇਲ ਜੀ ਗੁਰਮukh ਸਿੰਘ ਜੀ ਰਤਨ ਸਿੰਘ ਜੀ ਐਂਡ ਸੰਤੋਖ ਸਿੰਘ ਜੀ ਠੀਕ ਹੈ ਜੀ 1925 ਦੇ ਵਿੱਚ ਤੇਜਾ ਸਿੰਘ ਜੀ ਚਲੇ ਜਾਂਦੇ ਟੁਰਕੀ ਠੀਕ ਹੈ ਨਾ ਟੁਰਕੀ ਦਾ ਨਾਮ ਚੇਂਜ ਕੀਤਾ ਗਿਆ ਦੇਖੋ ਤਾਂ ਇੱਥੇ ਤੁਸੀਂ ਹੁਣ ਜਰਨਲ ਦੀ ਕੋਸ਼ਿਸ਼ ਕਰਦੇ ਟਰਕੀ ਦਾ ਨਾਮ ਕੀ ਹੈ ਟਰਕੀ ਜਾ ਕੇ ਇਹ ਆਪਦਾ ਨਾਮ ਬਦਲ ਲੈਂਦੇ ਆ ਆਜ਼ਾਦ ਬੇਗ ਠੀਕ ਹੈ ਜੀ ਤੁਰਕੀਸ਼ ਸਿਟੀਨਸ਼ਿਪ ਵੀ ਲੈ ਲੈਂਦੇ ਆ ਇਹ 5 ਸਾਲ ਬਾਅਦ ਦੇਖੋ ਇੱਥੋਂ ਬਰਲਿਨ ਮੂਵ ਕਰ ਜਾਂਦੇ ਆ ਇਸ ਤੋਂ ਲਾਵਾ ਕੈਨੇਡਾ ਵੀ ਜਾਂਦੇ ਆ ਉਹ ਐਂਡ ਹੋਰ ਵੀ ਕਾਫੀ ਕੰਟਰੀਜ਼ ਜਿਵੇਂ ਕਿ ਯੂ ਐਸ ਏ ਉੱਥੇ ਵੀ ਚਲੇ ਜਾਂਦੇ ਠੀਕ ਹੈ ਜੀ ਯੂ ਐਸ ਦੇ ਵਿੱਚ ਉਹਨਾਂ ਨੂੰ ਫੇਰੀ ਸਪੀਕਰ ਦੇ ਨਾਮ ਨਾਲ ਵੀ ਦੇਖੋ ਜਾਣਾ ਜਾਂਦਾ ਸੀਗਾ ਉਹਨਾਂ ਨੂੰ ਇਹ ਉਧਰ ਦਿੱਤਾ ਗਿਆ ਸੀਗਾ ਦਸੰਬਰ 1934 ਦੇ ਵਿੱਚ ਤੀਜਾ ਸਿੰਘ ਜੀ ਇੰਡੀਆ ਵਾਪਸ ਆਉਂਦੇ ਆ ਠੀਕ ਹੈ ਜੀ ਐਂਡ ਇੱਥੇ ਜਾ ਕੇ ਉਹ ਕਮਿਊਨਿਸਟ ਪਾਰਟੀ ਦਾ ਇੱਕ ਗਰੁੱਪ ਹੁੰਦਾ ਕਿਰਦ ਗਰੁੱਪ ਉਹਦੇ ਪ੍ਰੋਮਿਨੈਂਟ ਲੀਡਰ ਬਣ ਜਾਂਦੇ ਠੀਕ ਹੈ ਜੀ ਸੋ ਸਾਰਾ ਪੰਜਾਬ ਦੇਖੋ ਹੁਕਮਦੇ ਹੈਗੇ ਆ ਸੋ 1936 ਦੇ ਵਿੱਚ ਕੀ ਹੁੰਦਾ ਉਹਨਾਂ ਨੂੰ ਉਹਨਾਂ ਨੇ ਐਕਟੀਵਿਟੀਜ਼ ਦੇ ਕਰਕੇ ਕੀ ਹੋ ਜਾਂਦਾ ਅਰੈਸਟ ਕਰ ਲਿਆ ਜਾਂਦਾ ਠੀਕ ਹੈ ਜੀ ਸੋ ਜਦੋਂ ਉਹ ਜੇਲ੍ਹ ਦੇ ਵਿੱਚ ਹੁੰਦੇ ਆ ਤਾਂ ਉਹਨਾਂ ਨੂੰ ਪੰਜਾਬ ਲੈਜਿਸਲੇਟਿਵ ਅਸੈਂਬਲੀ ਪੰਜਾਬ ਵਿਧਾਨ ਸਭਾ ਦਾ ਮੈਂਬਰ ਚੁਣਿਆ ਜਾਂਦਾ ਜੀ ਇੰਡੀਅਨ ਨੈਸ਼ਨਲ ਕਾਂਗਰਸ ਦੇ ਵੱਲੋਂ ਠੀਕ ਹੈ ਨਾ ਹੀ ਵਾਸ ਇਲੈਕਟਡ ਅਨ ਅਪੋਸਟ ਟੂ ਪੰਜਾਬ ਲੈਜਿਸਲੇਟਿਵ ਅਸੈਂਬਲੀ ਇਨ 1937 ਐਸ ਨੋਮੀਨੀ ਆਫ ਇੰਡੀਅਨ ਨੈਸ਼ਨਲ ਕਾਂਗਰਸ ਇਹ ਕਾਫੀ ਵੱਡੀ ਗੱਲ ਹੈਗੀ ਹੈ ਸੋ ਪੰਜਾਬ ਕਮਿਊਨਿਸਟ ਪਾਰਟੀ ਦੇ ਸਕੱਤਰ ਹੀ ਰਹਿੰਦੇ ਨੇ 1943 ਤੋਂ ਲੈ ਕੇ 1947 ਤੱਕ ਐਂਡ ਇਸ ਤੋਂ ਇਲਾਵਾ ਕਿਸਾਨ ਸਭਾ ਦੇ ਐਕਟੀਵਿਟੀਜ਼ ਦੇ ਵਿੱਚ ਵੀ ਉਹਨਾਂ ਦਾ ਬਹੁਤ ਵੱਡਾ ਰੋਲ ਰਹਿੰਦਾ ਠੀਕ ਹੈ ਜੀ ਸੋ ਇੰਡੀਪੈਂਡੈਂਸ ਤੋਂ ਬਾਅਦ ਦੇਖੋ ਜੀ ਕੀ ਹੁੰਦਾ ਕਿ ਤੇਜਾ ਸਿੰਘ ਆਪਦੀ ਇੱਕ ਅਲੱਗ ਪਾਰਟੀ ਬਣਾਉਂਦਾ ਲਾਲ ਪਾਰਟੀ ਠੀਕ ਹੈ ਜੀ ਐਂਡ ਇਸ ਤੋਂ ਬਾਅਦ ਆਪਾਂ ਦੇਖਦੇ ਹਾਂ ਕਿ ਉਹਨਾਂ ਦੇ ਵੱਲੋਂ ਜੋ ਕਿਸਾਨਾਂ ਦੇ ਹੱਕਾਂ ਦੇ ਲਈ ਵੀ ਕਾਫੀ ਕੰਮ ਕੀਤਾ ਜਾਂਦਾ ਸੋ ਹੀ ਵਾਸ ਅ ਕੀ ਲੀਡਰ ਇਨ ਪੈਪਸੂ ਮੁਜ਼ਾਰਾ ਮੂਵਮੈਂਟ ਦੇਖੋ ਇਹ ਮੂਵਮੈਂਟ ਸੀਗੀ ਇਹ ਸਟਾਰਟ ਕੀਤੀ ਗਈ ਸੀਗੀ ਲੈਂਡਲੈਸ ਕਿਸਾਨਾਂ ਦੇ ਦੁਆਰਾ ਪੈਪਸੂ ਏਰੀਆਸ ਦੇ ਵਿੱਚ ਸੋ ਦੈਟ ਕੇ ਕਿ ਜਿਹੜੀ ਪੈਲੇ ਨੂੰ ਉਹ ਬਹੁਤ ਟਾਈਮ ਤੋਂ ਬਾਹਰ ਐ ਸੀਗੇ ਉਹਦੇ ਰਾਈਟਸ ਉਹਨਾਂ ਨੂੰ ਦਿੱਤੇ ਜਾਣ ਠੀਕ ਹੈ ਨਾ ਸੋ ਇੱਥੇ ਹੁਣ ਤੁਸੀਂ ਧਿਆਨ ਰੱਖਣਾ ਕਿ ਉਹਨਾਂ ਦਾ ਜਨਮ ਤਾਂ ਗੁਰਦਾਸਪੁਰ ਦੇ ਵਿੱਚ ਹੋਇਆ ਸੀ ਲੇਕਿਨ ਸਟੈਚੂ ਉਹਨਾਂ ਨੇ ਹਾਲਗੜ੍ਹ ਦੇ ਵਿੱਚ ਕਿਉਂ ਲਾਇਆ ਗਿਆ ਠੀਕ ਹੈ ਨਾ ਨਾਓ ਲਾਲ ਪਾਰਟੀ ਦੇਖੋ ਜੀ ਐਕਟਿਵ ਕੰਸਟੀਟੂਐਂਟ ਆਫ ਪੰਜਾਬ ਰਿਆਸਤ ਪਰਜਾ ਮੰਡਲ ਇਹ ਵੀ ਤੁਸੀਂ ਇੰਪੋਰਟੈਂਟ ਗੱਲ ਆ ਧਿਆਨ ਦੇ ਵਿੱਚ ਰੱਖਣੀ ਹੈਗੀ ਠੀਕ ਹੈ ਜੀ ਐਂਡ ਇਸ ਦੇ ਦੁਆਰਾ ਹੀ ਕੈਂਪੇਨ ਕੀਤਾ ਗਿਆ ਸੀਗਾ ਕਿ ਜੋ ਪ੍ਰਿੰਸਲੀ ਸਟੇਟਸ ਹੈਗੀਆਂ ਨੇ ਉਹਨਾਂ ਨੂੰ ਪੰਜਾਬ ਦੇ ਵਿੱਚ ਮਰਦ ਕੀਤਾ ਜਾਵੇ ਠੀਕ ਹੈ ਹੁਣ ਜਦੋਂ ਆਪਾਂ ਉਹਨਾਂ ਦੀ ਗੱਲ ਕਰਦੇ ਆ ਲਖਤੀ ਜਿਹੜੇ ਉਹਨਾਂ ਵੱਲੋਂ ਐਫਰਟਸ ਕੀਤੇ ਗਏ ਸੀ ਉਹਨਾਂ ਦੇ ਵਿੱਚ ਉਹਨਾਂ ਦੇ ਵੱਲੋਂ ਇੱਕ ਲਾਲ ਝੰਡਾ ਜਿਹੜਾ ਕਿ ਇੱਕ ਮੰਥਲੀ ਮੈਗਜ਼ੀਨ ਸੀਗਾ ਉਰਦੂ ਦੇ ਵਿੱਚ ਉਹਨੂੰ ਐਡਿਟ ਕੀਤਾ ਗਿਆ ਸੀ ਇਸ ਇਲਾਵਾ ਲਾਲ ਸਵੇਰਾ ਇੱਕ ਵੀਕਲੀ ਸੀਗਾ ਪੰਜਾਬੀ ਦੇ ਵਿੱਚ ਇਹਨੂੰ ਵੀ ਉਹਨਾਂ ਦੇ ਵੱਲੋਂ ਐਡਿਟ ਕੀਤਾ ਗਿਆ ਸੀ ਠੀਕ ਹੈ ਜੀ ਐਂਡ ਪੰਜਾਬ ਲੈਜਿਸਲੇਟਿਵ ਕਾਉਂਸਲ ਦੇ ਮੈਂਬਰ ਰਹੇ ਨੇ ਲਾਲ 1964 ਤੋਂ 9069 ਦੇ ਤੱਕ ਐਂਡ ਇਨ 1971 ਇਹ ਲੋਕ ਸਭਾ ਦੇ ਵਿੱਚ ਵੀ ਇਲੈਕਟ ਹੋ ਜਾਂਦਾ ਹੈ ਇਹ ਬਹੁਤ ਵੱਡੀ ਗੱਲ ਹੈਗੀ ਆਪਣਾ ਲਈ ਠੀਕ ਹੈ ਨਾ ਸੋ ਐਂਡ ਦੇ ਵਿੱਚ ਸੈਂਟਰਲ ਹਾਲ ਆਫ ਪਰਲੀਮੈਂਟ ਦੇ ਵਿੱਚ ਇਹਨਾਂ ਦੀ ਹਾਰਟ ਅਟੈਕ ਨਾਲ ਡੈਥ ਹੋ ਜਾਂਦੀ ਹੈ ਹੁਣ ਇਹਨੂੰ ਦੱਸਦੇ ਚੂ ਨਿਹਾਲਗੜ੍ਹ ਵਿਲੇਜ ਦੇ ਵਿੱਚ ਹੀ ਕਿਉਂ ਲਗਾਇਆ ਗਿਆ ਇਹ ਵੀ ਇੱਕ ਕੁਐਸਚਨ ਹੈਗਾ ਮੇਰੇ ਕੋਲ ਜੇ ਆਪਾਂ ਪਹਿਲਾਂ ਦੇਖਿਆ ਕਿ ਪੈਪਸੂ ਮੁਜਾਰਾ ਮੂਵਮੈਂਟ ਨੂੰ ਇਹਨਾਂ ਦੇ ਦੁਆਰਾ ਲੀਡ ਕੀਤਾ ਗਿਆ ਸੀਗਾ ਠੀਕ ਹੈ ਜੀ ਸੋ ਜੋ ਪੈਪਸੂ ਮਜਾਰਾ ਮੂਵਮੈਂਟ ਸੀਗੀ ਉਹ ਪੈਪਸੂ ਏਰੀਆਸ ਦੇ ਵਿੱਚ ਚੱਲੀ ਸੀ ਐਂਡ ਉਹਨਾਂ ਏਰੀਆਸ ਦੇ ਵਿੱਚੋਂ ਨਿਹਾਲਗੜ੍ਹ ਵੀ ਇੱਕ ਪਿੰਡ ਸੀਗਾ ਜਿਹਦੇ ਕਿਸਾਨਾਂ ਨੂੰ ਰਾਈਟਸ ਦਵਾਉਣ ਵਾਸਤੇ ਇਸ ਪਰਸਨ ਦੇ ਵੱਲੋਂ ਐਫਰਟ ਕੀਤੇ ਗਏ ਸੀਗੇ ਠੀਕ ਹੈ ਜੀ ਸੋ ਉਹਨਾਂ ਦੀਆਂ ਕੰਟਰੀਬਿਊਸ਼ਨਸ ਨੂੰ ਧਿਆਨ ਦੇ ਵਿੱਚ ਰੱਖ ਕੇ ਜੋ ਨਿਹਾਲਗੜ੍ਹ ਦੀ ਪੰਚਾਇਤਾਂ ਉਹਨਾਂ ਵੱਲੋਂ ਸਟੈਚੂ ਜਾਰੀ ਕੀਤਾ ਗਿਆ ਸੋ ਐਂਡ ਉਸ ਸਟੈਚੂ ਨੂੰ ਉਹੀ ਸੀਐਮ ਦੇ ਵੱਲੋਂ ਅਨਵੀਲ ਕੀਤਾ ਗਿਆ ਅੱਗੇ ਹੈ ਜੀ 3rd ਕੁਐਸਚਨ ਰੀਸੈਂਟਲੀ ਪੰਜਾਬ ਗਵਰਨਮੈਂਟ ਮੇਡ ਅ ਡਿਸੀਜਨ ਟੂ ਕ੍ਰੀਏਟ ਅ ਨਿਊ ਬਲਾਕ ਇਨ ਵਿੱਚ ਡਿਸਟ੍ਰਿਕਟ ਇਹ ਹੈਗਾ ਅੰਮ੍ਰਿਤਸਰ B ਹੈਗਾ ਲੁਧਿਆਣਾ C ਹੈਗਾ ਪਟਿਆਲਾ D ਹੈਗਾ ਗੁਰਦਾਸਪੁਰ ਇਟਸ ਰੀਲੀ ਅ ਇੰਪੋਰਟੈਂਟ ਕੁਐਸਚਨ ਠੀਕ ਹੈ ਨਾ ਨਿਊ ਬਲਾਕ ਕ੍ਰੀਏਟ ਕੀਤਾ ਗਿਆ ਸੋ ਤੁਹਾਨੂੰ ਪੇਪਰ 'ਚ ਪੁੱਛਿਆ ਜਾ ਸਕਦਾ ਸੋ ਇਹਦਾ ਰਾਈਟ ਆਨਸਰ ਕੀ ਹੈ ਜੀ A ਪੰਜਾਬ ਸਰਕਾਰ ਦੇ ਵੱਲੋਂ ਦੇਖੋ ਜਿਹੜਾ ਨਿਊ ਬਲਾਕ ਕ੍ਰੀਏਟ ਕੀਤਾ ਗਿਆ ਉਹਦਾ ਨਾਮ ਹੈਗਾ ਜੀ RAMDAS ਠੀਕ ਹੈ ਨਾ ਅਜਨਾਲਾ ਬਲਾਕ ਜਿਹੜਾ ਕਿ ਅੰਮ੍ਰਿਤਸਰ ਦੇ ਵਿੱਚ ਲੋਕੇਟਿਡ ਆ ਉਹਦੀਆਂ 75 ਗ੍ਰਾਮ ਪੰਚਾਇਤਸ ਨੂੰ ਕੱਢ ਕੇ ਇਸ ਬਲਾਕ ਦੇ ਵਿੱਚ ਭਾਰਤ ਜਾਊਗਾ ਐਂਡ ਇਸ ਪਰਪਸ ਦੇ ਲਈ ਗਵਰਨਮੈਂਟ ਦੇ ਵੱਲੋਂ ਕਿ ਬੀ ਡੀ ਪੀਓ ਦੀ ਪੋਸਟ ਵੀ ਕ੍ਰੀਏਟ ਕਰ ਦਿੱਤੀ ਗਈ ਹੈ ਨੈਕਸਟ ਵਨ ਹੈਗਾ ਜੀ ਕਿ ਰੀਸੈਂਟਲੀ ਲੇਜੈਂਡਰੀ ਸਪੋਰਟਸ ਪਰਸਨ ਫਰੋਮ ਪੰਜਾਬ ਕੌਰ ਸਿੰਘ ਪਾਸਟ ਅਵੇ ਹੀ ਬਿਲੋਂਗਸ ਟੂ ਵਿਚ ਆਫ ਦਾ ਫੋਲੋਇੰਗ ਗੇਮ ਇਹ ਹੈਗਾ ਹਾਕੀ ਬੀ ਹੈਗਾ ਕ੍ਰਿਕਟ ਸੀ ਹੈਗਾ ਫੁੱਟਬਾਲ ਡੀ ਹੈਗਾ ਬੌਕਸਿੰਗ ਸੋ ਦਾ ਰਾਈਟ ਆਨਸਰ ਕੀ ਹੈ ਜੀ ਡੀ ਬੌਕਸਿੰਗ ਸੋ ਗੁਰਮੀਤ ਸਿੰਘ ਮੀਤਹਿਰ ਜੋ ਕਿ ਪੰਜਾਬ ਦੇ ਸਪੋਰਟਸ ਪਰਸਨ ਨੇ ਉਹਨਾਂ ਦੇ ਦੁਆਰਾ ਦੁੱਖ ਜ਼ਾਹਿਰ ਕੀਤਾ ਗਿਆ ਸੀਗਾ ਇਸ ਲੇਜੈਂਡਰੀ ਬੌਕਸਰ ਦੀ ਡੈਥ ਦੇ ਉੱਪਰ ਸੋ ਜੇਰ ਦੇਖੋ ਉਹਨਾਂ ਦੀਆਂ ਪ੍ਰਾਪਤੀਆਂ ਦੀ ਗੱਲ ਕਰਦੇ ਆ ਤਾਂ ਉਹਨਾਂ ਨੂੰ ਦੇਖੋ ਜੀ ਪਦਮ ਸ਼੍ਰੀ ਵੀ ਮਿਲਿਆ ਹੋਇਆ ਉਹਨਾਂ ਨੂੰ ਅਰਜਨ ਅਵਾਰਡ ਵੀ ਮਿਲਿਆ ਹੋਇਆ ਠੀਕ ਹੈ ਨਾ 1982 ਦੇ ਏਸ਼ੀਅਨ ਗੇਮਸ ਦੇ 골ਡ ਮੈਡਲਿਸਟ ਨੇ ਕੋਰ ਸਿੰਘ ਜੀ ਇਸ ਤੋਂ ਇਲਾਵਾ ਹੋਰ ਵੀ ਏਸ਼ੀਅਨ ਚੈਂਪ ਚੈਂਪੀਅਨਸ਼ਿਪਸ ਹੋ ਗਈਆਂ ਉਹਦੇ ਵਿੱਚ ਉਹਨਾਂ ਦੁਆਰਾ 골ਡ ਮੈਡਲ ਜਿੱਤੇ ਗਏ ਸੀਗੇ ਇਸ ਤੋਂ ਇਲਾਵਾ 1984 ਲਾਸ ਐਂਜਲਸ 올림픽 ਗੇਮਸ ਦੇ ਵਿੱਚ ਉਹਨਾਂ ਵੱਲੋਂ ਇੰਡੀਆ ਨੂੰ ਰਿਪਰੈਜ਼ੈਂਟ ਕੀਤਾ ਗਿਆ ਸੀ which is really important for our papers point of view ਇਸ ਤੋਂ ਇਲਾਵਾ ਉਹਨਾਂ ਨੇ ਦੁਆਰਾ ਜੋ ਵਰਲਡ ਕਲਾਸ ਬੌਕਸਰ ਨੇ ਮੁਹੰਮਦ ਅਲੀ ਜੀ ਉਹਨਾਂ ਦੇ ਅਗੇਂਸਟ ਵੀ ਬੌਟ ਲੜੀ ਗਈ ਸੀ ਠੀਕ ਹੈ ਜੀ ਇਸ ਤੋਂ ਇਲਾਵਾ ਇਹਨਾਂ ਦੀ ਜਿਹੜੀ ਬਾਇਓਗ੍ਰਾਫੀ ਆ ਇਹਨਾਂ ਨੂੰ ਪੰਜਾਬ ਸਰਕਾਰ ਦੇ ਦੁਆਰਾ ਸਕੂਲ ਸਿਲੇਬਸ ਦੇ ਵਿੱਚ ਸ਼ਾਮਲ ਕੀਤਾ ਗਿਆ ਫਿਫਥ ਕੁਐਸਚਨ ਹੈਗਾ ਵਿਚ ਆਫ ਦਾ ਫੋਲੋਇੰਗ ਕਨਸਿਡਰ ਦਾ ਫੋਲੋਇੰਗ ਸਟੇਟਮੈਂਟਸ ਪੰਜਾਬ ਗਵਰਨਮੈਂਟ ਹੈਜ਼ ਮੇਡ ਅ ਟਾਰਗੇਟ ਟੂ ਐਲੀਮੀਨੇਟ ਮਲੇਰੀਆ ਬਾਏ 2025 ਸੈਕੰਡ ਹੈਗਾ ਮਲੇਰੀਆ ਮੋਸਕਿਟੋ ਜਨਰਲੀ ਬਾਈਟਸ ਐਟ ਡੇ ਟਾਈਮ ਵਿਚ ਆਫ ਦਾ ਫੋਲੋਇੰਗ ਇਜ਼ ਇਨਕਰੈਕਟ ਆਈ ਟੇਕ ਕੀਵਰਡ ਧਿਆਨ ਰੱਖਣਾ ਹੈਗਾ ਸੋ ਇਹਦਾ ਰਾਈਟ ਆਨਸਰ ਕੀ ਹੈ ਜੀ ਓਨਲੀ ਵਨ ਇਥੇ ਇਨਕਰੈਕਟ ਹੈਗਾ ਠੀਕ ਹੈ ਨਾ ਕਿ ਪੰਜਾਬ ਗਵਰਨਮੈਂਟ ਨੇ 2025 ਤੱਕ ਨਹੀਂ ਹੈਗਾ 2030 ਤੱਕ ਦਾ ਟਾਰਗੇਟ ਹੈ ਜਿਹੜਾ ਕਿ ਨੈਸ਼ਨਲ ਟਾਰਗੇਟ ਹੈ ਇਸਲਾਵਾ ਇਹ ਸੈਕੰਡ ਸਟੇਟਮੈਂਟ ਬਿਲਕੁਲ ਸਹੀ ਹੈਗੀ ਹੈ ਕਿ ਜਨਰਲੀ ਇਹ ਡੇ ਟਾਈਮ ਨੂੰ ਹੀ ਵੱਡਦਾ ਹੈਗਾ ਦੇਖੋ ਜੀ ਡਾਕਟਰ ਬਰਵੀਰ ਸਿੰਘ ਜੋ ਕਿ ਪੰਜਾਬ ਦੇ ਹੈਲਥ ਮਿਨਿਸਟਰ ਨੇ ਉਹਨਾਂ ਦੁਆਰਾ ਕਿਹਾ ਗਿਆ ਸੀ ਕਿ ਪੰਜਾਬ ਗਵਰਨਮੈਂਟ ਐਵਰੀ ਐਫਰਟ ਲੈ ਰਹੀ ਹੈ ਕਿ ਨੈਸ਼ਨਲ ਟਾਰਗੇਟ ਜੋ ਕਿ 2030 ਦਾ ਉਹਦੇ ਅਲੋਂਗ ਵਿਦ ਪੰਜਾਬ ਵੀ 2030 ਤੱਕ ਮਲੇਰੀਆ ਨੂੰ ਐਲੀਮੀਨੇਟ ਕਰਦੇ ਪੰਜਾਬ ਦੇ ਵਿੱਚੋਂ ਠੀਕ ਹੈ ਜੀ ਸੋ ਮਲੇਰੀਆ ਦੇਖੋ ਜੇ ਇੱਕ ਲਾਈਫ ਥ्रेटनिंग ਡਿਜ਼ੀਜ਼ ਹੈਗੀ ਹੈ ਜਿਹੜੀ ਕਿ ਹਿਊਮਨ ਬੀਇੰਗਸ ਦੇ ਵਿੱਚ ਫੈਲਦੀ ਹੈਗੀ ਹੈ ਬਾਏ ਆ ਬਾਈਟ ਆਫ ਇਨਫੈਕਟਡ ਫੀਮੇਲ ਐਨੋਫੈਲਿਸ ਮੋਸਕੀਟੋ ਦੇਖੋ ਫੀਮੇਲ ਵਰਡ ਤੇ ਹਾਂ ਦੇ ਵਿੱਚ ਰੱਖਣਾ ਹੈਗਾ ਇਹ ਮੋਸਕੀਟੋ ਬਰੀਡ ਕਰਦਾ ਹੈਗਾ ਕਲੀਨ ਵਾਟਰ ਦੇ ਵਿੱਚ ਇਹ ਵੀ ਇੰਪੋਰਟੈਂਟ ਹੈ ਐਂਡ ਬਾਈਟ ਕਦੋਂ ਕਰਦਾ ਹੈ ਜਿਆਦਾ ਲੇਟ ਇਵਨਿੰਗ ਯਾ ਅਰਲੀ ਮਾਰਨਿੰਗ ਸਿੰਟਮਸ ਇਹਦੇ ਅਰਲੀ ਕੀ ਹੋ ਸਕਦੇ ਇੱਕ ਮਾਈਲਡ ਹੋ ਸਕਦੇ ਆ ਵੀ ਆਪਾਂ ਇਗਨੋਰ ਕਰ ਦਿੰਨੇ ਆ ਠੀਕ ਹੈ ਨਾ अर्ली ਸਿੰਪਟਮਸ ਦੇ ਵਿੱਚ ਕੀ ਹੁੰਦਾ ਤੁਹਾਨੂੰ ਫੀਵਰ ਹੋ ਸਕਦਾ ਛੋਟਾ-ਮੋਟਾ ਖੰਘ ਵਗੈਰਾ ਹੋ ਸਕਦੀ ਹੈ ਹੈਡੈਕ ਹੋ ਸਕਦਾ ਲੇਕਿਨ ਉਹ ਅੱਗੇ ਜਾ ਕੇ ਕੀ ਹੋ ਜਾਂਦੇ ਆਪਾਂ ਨੂੰ ਬਹੁਤ ਜ਼ਿਆਦਾ ਥਕਾਵਟ ਤੇ ਬਦਲ ਜਾਂਦੇ ਆ ਹੱਡ ਪੈਰਾਂ ਟੁੱਟਣੇ ਸ਼ੁਰੂ ਹੋ ਜਾਂਦੇ ਆ ਆਪਾਂ ਨੂੰ ਬਰੀਥਿੰਗ ਡਿਫਿਕਲਟੀਆਂ ਵੀ ਆ ਸਕਦੀਆਂ ਸੋ ਹੁਣ ਆਪਾਂ ਮਲੇਰੀਆ ਤੋਂ ਆਪਦੇ ਆਪ ਨੂੰ ਬਚਾਉਣਾ ਕਿਵੇਂ ਆ ਸੋ ਇਸ ਲਈ ਪੰਜਾਬ ਗਵਰਨਮੈਂਟ ਦੇ ਵੱਲੋਂ ਇਹ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਸੋ ਤੁਸੀਂ ਇਹਨਾਂ ਸਾਰੀਆਂ ਹਦਾਇਤਾਂ ਨੂੰ ਚੰਗੀ ਤਰ੍ਹਾਂ ਵੀਡੀਓ ਪਾਜ਼ ਕਰਕੇ ਰੀਡ ਕਰ ਲੈਣਾ ਹੈਗਾ ਐਂਡ ਆਪਣੇ ਆਂਡ ਗਵਾਂਡ ਆਲੇ ਦੁਆਲੇ ਸਾਰੇ ਨੂੰ ਤੁਸੀਂ ਇਹਨਾਂ ਤਰ੍ਹਾਂ ਬਰ ਜ਼ਰੂਰ ਜਾਣਕਾਰੀ ਦਿਓ ਠੀਕ ਹੈ ਜੀ ਸੋ ਦੇਟਿਕ ਮਲੇਰੀਆ ਤੋਂ ਆਪਾਂ ਲੋਕਾਂ ਨੂੰ ਵੀ ਬਚਾ ਸਕੀਏ 6th ਕੁਐਸਚਨ ਹੈਗਾ ਰੀਸੈਂਟਲੀ ਆ ਬੁੱਕ ਸ਼ੋਕੇਸਿੰਗ ਦਾ ਪੰਜਾਬ ਗਵਰਨਮੈਂਟ ਵੈਲਫੇਅਰ ਸਕੀਮਸ ਵਾਸ ਅਨਵੀਲਡ ਬਾਏ ਪੰਜਾਬ ਸੀਐਮ ਨੇਮ ਆਫ ਦਾ ਬੁੱਕ ਇਜ਼ ਇਹ ਹੈਗਾ ਲੋਕਵਾਣੀ ਬੀ ਹੈਗਾ ਪਹੁੰਚ ਸੀ ਹੈਗਾ ਸੋਨਾ ਪੰਜਾਬ ਐਂਡ ਡੀ ਹੈਗਾ ਨਵੀਂ ਸਵੇਰ ਸੋ ਇਹਦਾ ਰਾਈਟ ਆਨਸਰ ਕੀ ਹੈ ਜੀ ਬੀ ਦੇਖੋ ਬਰਨਾਲਾ ਐਡਮਿਨਿਸਟ੍ਰੇਸ਼ਨ ਦੇ ਵੱਲੋਂ ਇਹ ਜਿਹੜੀ ਬੁੱਕ ਆ ਇਹ ਤਿਆਰ ਕੀਤੀ ਗਈ ਆ ਪਹੁੰਚ ਜਿਹਦੇ ਵਿੱਚ ਕੇ ਉਹਨਾਂ ਦੇ ਵੱਲੋਂ ਜੋ ਸਟੇਟ ਗਵਰਨਮੈਂਟ ਦੀਆਂ ਸਕੀਮਸ ਨੇ ਪ੍ਰੋਪਲ ਇਨੀਸ਼ੀਏਟਿਵ ਨੇ ਜਾਂ ਉਹਨਾਂ ਨੂੰ ਸਕੀਮ ਕਹਿ ਲਈ ਉਹਨਾਂ ਬਾਰੇ ਜਾਣਕਾਰੀ ਦਿੱਤੀ ਗਈ ਠੀਕ ਹੈ ਜੀ 7th ਹੈਗਾ ਜੀ ਰੀਸੈਂਟਲੀ ਪੰਜਾਬ ਸਪੋਰਟਸ ਮਿਨਿਸਟਰ ਵਿਜ਼ਿਟਡ ਨੈਸ਼ਨਲ ਸਪੋਰਟਸ ਯੂਨੀਵਰਸਿਟੀ ਇਟ ਇਜ਼ ਲੋਕੇਟਿਡ ਇਨ ਵਿਚ ਆਫ ਦਾ ਫੋਲੋਇੰਗ ਸਟੇਟ ਕਿ ਨੈਸ਼ਨਲ ਸਪੋਰਟ ਯੂਨੀਵਰਸਿਟੀ ਕਿਹੜੀ ਸਟੇਟ ਚ ਲੋਕੇਟਡ A ਹਰਿਆਣਾ B UP C ਮਨੀਪੁਰ ਐਂਡ D ਅਸਾਮ ਸੋ ਦਾ ਰਾਈਟ ਆਨਸਰ ਕੀ ਹੈ ਜੀ C ਮਨੀਪੁਰ ਮਨੀਪੁਰ ਦੀ ਕੈਪੀਟਲ ਹੈ ਜੀ ਇਫਾਲ ਉਹਦੇ ਵਿੱਚ ਇਹ ਯੂਨੀਵਰਸਿਟੀ ਜਿਹੜੀ ਹੈਗੀ ਹੈ ਉਹ ਲੋਕੇਟਡ 8th ਕੁਐਸਚਨ ਹੈਗਾ ਪੰਜਾਬ ਗਵਰਨਮੈਂਟ ਅਨਾਉਂਸ ਟੂ ਸਟਾਰਟ ਸਕਾਲਰਸ਼ਿਪ ਫॉर ਨੈਸ਼ਨਲ ਮੈਡਲ ਵਿਨਰਸ ਜੋ ਨੈਸ਼ਨਲ ਲੈਵਲ ਤੇ ਮੈਡਲ ਵਿਨ ਕਰਨਗੇ ਉਹਨਾਂ ਦੇ ਲਈ ਪੰਜਾਬ ਗਵਰਨਮੈਂਟ ਵੱਲੋਂ ਇੱਕ ਸਕਾਲਰਸ਼ਿਪ ਸਕੀਮ ਸਟਾਰਟ ਕੀਤੀ ਗਈ ਹੈ ਜੀ ਐਂਡ ਇਹ ਸਕਾਲਰਸ਼ਿਪ ਸਕੀਮ ਕਿਹੜੀ ਪਰਸਨੈਲਿਟੀ ਦੇ ਨਾਮ ਤੇ ਸਟਾਰਟ ਕੀਤੀ ਗਈ ਹੈ 올ੰਪੀਅਨ ਅਭਿਨਵਿੰਦਰਾ ਮਿਲਖਾ ਸਿੰਘ ਜੀ 올ੰਪੀਅਨ ਬਲਵੀਰ ਸਿੰਘ ਸੀਨੀਅਰ ਜੀ ਔਰ ਮੇਜਰ ਧਿਆਨ ਚੰਦ ਜੀ ਸੋ ਇਹਦਾ ਰਾਈਟ ਆਨਸਰ ਕੀ ਹੈ ਜੀ ਸੀ 올ੰਪੀਅਨ ਬਲਵੀਰ ਸਿੰਘ ਸੀਨੀਅਰ ਜੀ ਦੇਖੋ ਜੀ ਇਸ ਸਕੀਮ ਦੇ ਵਿੱਚ ਗਵਰਨਮੈਂਟ 16000 ਰੁਪਏ ਪਰ ਮੰਥ ਪ੍ਰੋਵਾਈਡ ਕਰੂਗੀ ਜੋ ਵੀ ਪਰਸਨ ਨੈਸ਼ਨਲ ਲੈਵਲ ਤੇ ਮੈਡਲ ਵਿਨ ਕਰੂਗਾ ਐਂਡ ਇਹ ਦਿੱਤਾ ਕਿੰਨੇ ਟਾਈਮ ਲਈ ਜਾਊਗਾ 1 ਸਾਲ ਦੇ ਲਈ ਠੀਕ ਹੈ ਜੀ ਐਂਡ ਬਲਬੀਰ ਸਿੰਘ ਸੀਨੀਅਰ ਦੀ ਕਿਹੜੀ ਗੇਮ ਨਾਲ ਰਿਲੇਟਡ ਸੀਗੇ ਹਾਕੀ ਦੇ ਨਾਲ 9th ਕੁਐਸਚਨ ਹੈਗਾ ਰੀਸੈਂਟਲੀ ਪੰਜਾਬ ਸਪੋਰਟਸ ਮਿਨਿਸਟਰ ਅਰਜਡ ਸੈਂਟਰਲ ਗਵਰਨਮੈਂਟ ਟੂ ਗਿਵ ਪੰਜਾਬ ਅ ਚਾਂਸ ਟੂ ਆਰਗੇਨਾਈਜ਼ ਖੇਲੋ ਇੰਡੀਆ ਗੇਮਸ ਇਨ ਪੰਜਾਬ ਸਪੋਰਟਸ ਮਿਨਿਸਟਰ ਜੀ ਨੇ ਸੈਂਟਰਲ ਗਵਰਨਮੈਂਟ ਨੂੰ ਇਹ ਕਿਹਾ ਕਿ ਤੁਸੀਂ ਸਾਨੂੰ ਇੱਕ ਮੌਕਾ ਦਿਓ ਸੋ ਦੈਟ ਕਿ ਖੇਲੋ ਇੰਡੀਆ ਗੇਮਸ ਅਸੀਂ ਪੰਜਾਬ 'ਚ ਕਰਵਾ ਸਕੀਏ ਸੋ ਖੇਲੋ ਇੰਡੀਆ ਗੇਮਸ ਦੇ ਰਿਗਾਰਡਿੰਗ ਕਿਹੜੀ ਚੀਜ਼ ਦੇਖੋ ਇਹ ਕਹਿੰਦੇ ਟਰੂ ਹੈਗੀ ਹੈ ਨਾਓ ਇੱਥੇ ਟਰੂ ਨਹੀਂ ਇੱਥੇ ਆਪਾਂ ਫਾਲਸ ਲਿਖੀਏ ਵਿੱਚ ਆਫ ਦਾ ਫੋਲੋਇੰਗ ਇਜ਼ ਫਾਲਸ ਰਿਗਾਰਡਿੰਗ ਖੇਲੋ ਇੰਡੀਆ ਗੇਮਸ ਫਿਫਥ ਐਡੀਸ਼ਨ ਆਫ ਖੇਲੋ ਇੰਡੀਆ ਯੂਥ ਗੇਮ ਵਾਸ ਆਰਗੇਨਾਈਜ਼ਡ ਦਿਸ ਈਅਰ ਇਨ ਮੱਧ ਪ੍ਰਦੇਸ਼ ਠੀਕ ਹੈ ਫੋਰਥ ਐਡੀਸ਼ਨ ਆਫ ਖੇਲੋ ਇੰਡੀਆ ਯੂਥ ਗੇਮ ਵਾਸ ਆਰਗੇਨਾਈਜ਼ਡ ਇਨ ਹਰਿਆਣਾ ਸੀ ਹੈਗਾ ਹਰਿਆਣਾ ਟੌਪਡ ਇਨ ਫੋਰਥ ਐਡੀਸ਼ਨ ਆਫ ਕੇ ਆਈ ਵਾਈ ਗੇਮਸ ਖੇਲੋ ਇੰਡੀਆ ਯੂਥ ਗੇਮ ਐਂਡ ਐਮਪੀ ਟਾਪ 10 5ਥ ਅਡੀਸ਼ਨ ਆਫ ਖੇਲੋ ਇੰਡੀਆ ਯੂਥ ਗੇਮਸ ਠੀਕ ਹੈ ਸੋ ਇਹਦਾ ਰਾਈਟ ਆਨਸਰ ਕੀ ਹੈ ਜੀ ਇਹਨੇ ਆਪ ਨੂੰ ਫਾਲਸ ਪੁੱਛਿਆ ਹੋਇਆ ਸੋ ਇਹਦਾ ਰਾਈਟ ਆਨਸਰ ਹੈਗਾ ਡੀ ਬਿਕੋਜ਼ 5ਥ ਅਡੀਸ਼ਨ ਆਫ ਖੇਲੋ ਇੰਡੀਆ ਗੇਮਸ ਦੇ ਵਿੱਚ ਐਮਪੀ ਦੇ ਵੱਲੋਂ ਟਾਪ ਨਹੀਂ ਕੀਤਾ ਗਿਆ ਮਹਾਰਾਸ਼ਟਰ ਵੱਲੋਂ ਟਾਪ ਕੀਤਾ ਗਿਆ ਦੇਖੋ ਜੀ ਖੇਲੋ ਇੰਡੀਆ ਗੇਮਸ ਕਿਸ ਤਰ੍ਹਾਂ ਦੇ ਗੇਮਸ ਆ ਜੋ ਕਾਫੀ ਵੇਰੀਐਂਟਸ ਦੇ ਅੰਦਰ ਕਰਵਾਈਆਂ ਜਾਂਦੀਆਂ ਹਨ ਜਿਵੇਂ ਖੇਲੋ ਇੰਡੀਆਸ ਦੇ ਵਿੱਚ ਸਕੂਲ ਗੇਮਸ ਵੀ ਆ ਜਾਂਦੀਆਂ ਯੂਥ ਗੇਮਸ ਆ ਗਈਆਂ ਯੂਨੀਵਰਸਿਟੀ ਗੇਮਸ ਆ ਜਾਂਦੀਆਂ ਠੀਕ ਹੈ ਨਾ ਸੋ ਇਹਦਾ ਜਿਹੜਾ ਰਾਈਟ ਆਨਸਰ ਆ ਉਹ ਹੈਗਾ ਜੀ ਡੀ 10th ਕੁਐਸਚਨ ਹੈਗਾ ਪੰਜਾਬ ਗਵਰਨਮੈਂਟ ਰੀਸੈਂਟਲੀ ਡਿਸਾਈਡਡ ਟੂ ਗਿਵ ਅ ਡੈਸ਼ ਪਰਸੈਂਟ ਅਮਾਉਂਟ ਆਫ crop loss compensation ਟੂ ਫਾਰਮ ਲੇਬਰਰਸ ਇਹ ਹੈਗਾ 5% ਬੀ ਹੈਗਾ 7.5 ਸੀ ਹੈਗਾ 10% ਐਂਡ ਡੀ ਹੈਗਾ 12.5 ਸੋ ਦਾ ਰਾਈਟ ਆਨਸਰ ਕੀ ਹੈ ਜੀ ਆਨਸਰ ਸੀ 10% ਸੋ ਲੇਬਰ ਡੇ ਤੇ ਸਾਡੇ ਸੀਐਮਜੀ ਵੱਲੋਂ ਅਨਾਉਂਸ ਕੀਤਾ ਗਿਆ ਸੀਗਾ ਕਿ ਜੋ ਵੀ ਅਮਾਉਂਟ ਕੰਪਨਸੇਸ਼ਨ ਦੇਣ ਦੇ ਲਈ ਕਿਸਾਨਾਂ ਨੂੰ ਰੱਖਿਆ ਗਿਆ ਉਸ ਅਮਾਉਂਟ ਦੇ ਵਿੱਚੋਂ ਜਿਹੜਾ 10% ਆਫ ਦਾ ਅਮਾਉਂਟ ਹੋਊਗਾ ਉਹ ਐਗਰੀਕਲਚਰ ਲੇਬਰਰਸ ਨੂੰ ਵੀ ਦਿੱਤਾ ਜਾਊਗਾ 11th ਕੁਐਸਚਨ ਹੈਗਾ ਜੀ ਪੰਜਾਬ ਗਵਰਨਮੈਂਟ ਹੈਜ਼ ਇਨਕਲੂਡਡ ਬਾਇਓਗ੍ਰਾਫੀਜ਼ ਆਫ 4 ਲੇਜੈਂਡਰੀ ਪਲੇਅਰਸ ਇਨ ਸਕੂਲ ਸਿਲੇਬਸ ਪੰਜਾਬ ਗਵਰਨਮੈਂਟ ਦੇ ਵੱਲੋਂ ਜੋ ਪੰਜਾਬ ਦੇ ਚਾਰ ਲੇਜੈਂਡਰੀ ਪਲੇਅਰ ਨੇ ਜਿਨ੍ਹਾਂ ਨੇ ਕਿ ਖੇਡਾਂ ਦੇ ਖੇਤਰ 'ਚ ਬਹੁਤ ਨਾਮਣਾ ਖੱਟਿਆ ਉਨ੍ਹਾਂ ਦੀਆਂ ਬਾਇਓਗ੍ਰਾਫੀਜ਼ ਨੂੰ ਸਕੂਲ ਦੇ ਸਿਲੇਬਸ 'ਚ ਸ਼ਾਮਲ ਕੀਤਾ ਗਿਆ ਇਹਨਾਂ ਦੇ ਵਿੱਚੋਂ ਕਿਹੜਾ ਉਹ ਪਰਸਨ ਨਹੀਂ ਹੈਗਾ ਇਹ ਹੈਗਾ 올ੰਪੀਅਨ ਬਲਬੀਰ ਸਿੰਘ ਵੀ ਹੈਗੇ ਨੇ ਮਿਲਖਾ ਸਿੰਘ ਜੀ ਸੀ ਹੈਗੇ ਨੇ ਕੋਰ ਸਿੰਘ ਜੀ ਐਂਡ ਡੀ ਹੈਗੇ ਨੇ ਅਭਿਨਾਮੇਂਦਰਾ ਜੀ ਸੋ ਦਾ ਰਾਈਟ ਆਨਸਰ ਕੀ ਹੈ ਜੀ ਡੀ ਠੀਕ ਹੈ ਜੀ ਸੋ ਹੁਣ ਕਿਹੜੀਆਂ-ਕਿਹੜੀਆਂ ਪਰਸਨੈਲਿਟੀਆਂ ਦੀਆਂ ਬਾਇਓਗ੍ਰਾਫੀਜ਼ ਨੂੰ ਇਨਕਲੂਡ ਕੀਤਾ ਗਿਆ 3 ਟਾਈਮਸ 올ੰਪਿਕ ਚੈਂਪੀਅਨ ਹਾਕੀ ਟੀਮ ਮੈਂਬਰ ਬਲਬੀਰ ਸਿੰਘ ਸੀਨੀਅਰ ਜੀ 3 ਟਾਈਮਸ ਇਜ਼ ਇੰਪੋਰਟੈਂਟ ਵਨ ਐਂਡ his game is also important hockey the jandari athlete milkha singh famous as flying sik asian champion boxer kor singh jinna bare pehle discuss kar chuke hain and india's first arjuna awardy lumpy athlete gurbachan singh randawali it's really important so on paper ye puchha ja sakta who was india's first arjuna awardy so the answer will be gurbachan singh randawa ji and dekho eh eh biography shamil kiti gayi hain ne 9ਵੀਂ ਐਂਡ 10ਵੀਂ ਕਲਾਸ ਦੇ ਫਿਜ਼ੀਕਲ ਦੇ ਬੁੱਕਸ ਦੇ ਵਿੱਚ ਤੇ ਬਲਤ ਕੁਐਸਚਨ ਹੈਗਾ ਰੀਸੈਂਟਲੀ ਸਟਾਰਟਅਪ ਚੈਲੰਜ ਵਾਸ ਆਰਗਨਾਈਜ਼ਡ ਐਟ ਐਮਟੀ ਯੂਨੀਵਰਸਿਟੀ ਇਟ ਇਜ਼ ਲੋਕੇਟਡ ਇਨ ਵਿਚ ਡਿਸਟ੍ਰਿਕਟ ਆਫ ਪੰਜਾਬ ਸੋ A ਇਜ਼ ਲੁਧਿਆਣਾ B ਇਜ਼ ਐਸਬੀਐਸ ਨਗਰ C ਇਜ਼ ਐਸਐਸ ਨਗਰ ਐਂਡ D ਇਜ਼ ਪਟਿਆਲਾ ਸੋ ਇਹਦਾ ਰਾਈਟ ਆਨਸਰ ਕੀ ਹੈ ਜੀ ਸੀ ਐਮਟੀ ਯੂਨੀਵਰਸਿਟੀ ਦੀ ਇੱਕ ਬ੍ਰਾਂਚ ਆਪਣੇ ਪੰਜਾਬ ਦੇ ਵਿੱਚ ਐਸਐਸ ਨਗਰ ਦੇ ਵਿੱਚ ਖੁੱਲੀ ਗਈ ਹੈ ਐਂਡ ਰੀਸੈਂਟਲੀ ਇੱਕ ਸਟਾਰਟਅਪ ਚੈਲੰਜ ਜਿਹੜਾ ਹੈਗਾ ਉਹ ਇੱਥੇ ਆਰਗੇਨਾਈਜ਼ ਕੀਤਾ ਗਿਆ ਸੀ 13th ਕੁਐਸਚਨ ਆਏਗਾ ਗੁਰੂ ਤੇਗ ਬਹਾਦਰ 뮤জিয়াম ਇਜ਼ ਲੋਕੇਟਿਡ ਇਨ ਵਿਚ ਡਿਸਟ੍ਰਿਕਟ A ਹੈਗਾ ਅੰਮ੍ਰਿਤਸਰ B ਹੈਗਾ ਨਨਪੁਰ ਸਾਹਿਬ C ਹੈਗਾ SBS ਨਗਰ ਐਂਡ D ਇਜ਼ ਪਟਿਆਲਾ ਸੋ ਇਟਸ ਰਾਈਟ ਆਨਸਰ ਇਜ਼ ਆਨਸਰ B ਨਨਪੁਰ ਸਾਹਿਬ ਦੇਖੋ ਰੀਸੈਂਟਲੀ ਕੀ ਹੋਇਆ ਸੀ ਕਿ ਪੰਜਾਬ ਗਵਰਨਮੈਂਟ ਦੇ ਵੱਲੋਂ ਜੋ ਇਹ 뮤জিয়াম ਹੈ ਇਹਨੂੰ ਰੈਨੋਵੇਟ ਕੀਤਾ ਗਿਆ ਸੋ ਇਸ ਕਰਕੇ ਇਸ ਨੂੰ ਕਵਰ ਕਰਨਾ ਇਜ਼ ਰੀਅਲੀ ਇੰਪੋਰਟੈਂਟ ਫਰ ਔਰ ਪੇਪਰਸ ਪੁਆਇੰਟ ਆਫ 뷰 ਨੈਕਸਟ ਵਨ ਇਜ਼ ਪੰਜਾਬ ਗਵਰਨਮੈਂਟ ਲਾਂਚਡ ਆਨਲਾਈਨ ਪੋਰਟਲ ਫॉर ਆਸ਼ੀਰਵਾਦ ਸਕੀਮ ਕਨਸੀਡਰ ਦਾ ਫੋਲੋਇੰਗ ਸਟੇਟਮੈਂਟਸ ਰਿਗਾਰਡਿੰਗ ਥਿਸ ਸਕੀਮ ਇਟਸ ਓਨਲੀ ਐਪਲੀਕੇਬਲ ਟੂ ਸ਼ੈਡਿਊਲਡ ਕਾਸਟ ਐਂਡ ਸੈਕੰਡ ਵਨ ਇਜ਼ ਇਟ ਇਜ਼ ਮੰਡੇਟਰੀ ਟੂ ਅਪਲਾਈ ਫਾਰ ਥਿਸ ਵਿਥਿਨ 1 ਮੰਥ ਆਫ ਮੈਰਿਜ ਵਿਚ ਆਫ ਦਾ ਫੋਲੋਇੰਗ ਇਜ਼ ਟru ਸੋ ਇਦਾ ਰਾਈਟ ਆਨਸਰ ਕੀ ਹੈ ਜੀ ਡੀ ਕਿ ਇਹਨਾਂ ਚ ਕੋਈ ਵੀ ਟru ਨਹੀਂ ਹੈਗਾ ਸੋ ਫਸਟ ਆਫ ਆਲ ਤਾਂ ਜੋ ਆਸ਼ੀਰਵਾਦ ਸਕੀਮ ਹੈਗੀ ਹੈ ਇਟਸ ਐਪਲੀਕੇਬਲ ਟੂ ਸ਼ੈਡਿਊਲਡ ਕਾਸਟ ਬੈਕਵਰਡ ਕਲਾਸਸਿਸ ਐਂਡ ਇਕਨੋਮਿਕ ਵੀਕਰ ਸੈਕਸ਼ਨ ਠੀਕ ਹੈ ਜੀ ਸੋ ਪੰਜਾਬ ਗਵਰਨਮੈਂਟ ਵੱਲੋਂ ਆਨਲਾਈਨ ਪੋਰਟਲ ਇਸ਼ੂ ਕੀਤਾ ਗਿਆ ਇਹਦੇ ਲਈ ਸੋ ਇਸ ਦੇ ਲਈ ਕੋਈ ਵੀ ਆਫਲਾਈਨ ਫਾਰਮ ਐਕਸੈਪਟ ਨਹੀਂ ਕੀਤਾ ਜਾਊਗਾ ਸੋ ਇਸ ਕਰਕੇ ਸਾਰੇ ਹੀ ਮੇਰੇ ਸਾਥੀ ਨੇ ਜੋ ਵੀ ਤੁਹਾਡੇ ਨੇੜੇ-ਤੜੇ ਕੋਈ ਨੀੜੀ ਪ੍ਰਸ਼ਨ ਹੈਗਾ ਉਹਨੂੰ ਇਸ ਚੀਜ਼ ਬਾਰੇ ਜਾਣਕਾਰੀ ਦੇ ਦੇਣੀ ਹੈ ਠੀਕ ਹੈ ਨਾ ਕਿਉਂਕਿ ਸਕੀਮਾਂ ਦੇਖੋ ਤੁਸੀਂ ਸਿਰਫ ਪੇਪਰ ਦੇ ਪੁਆਇੰਟ ਆਫ 뷰 ਤੋਂ ਨਹੀਂ ਕਰਨੀ ਹੁੰਦੀ ਆਪਾਂ ਆਪਣੇ ਆਸ-ਪਾਸੇ ਦੇਖਦੇ ਆ ਕਿ there is a lack of awareness among people regarding pro people initiative ਬਹੁਤ سارے ਇਸ ਤਰ੍ਹਾਂ ਦੇ ਇਨੀਸ਼ੀਏਟਿਵ ਹੈਗੇ ਜਿਨ੍ਹਾਂ ਦੁਆਰਾ ਜਿਹੜੇ ਗਰੀਬ ਤੱਕ ਦੇ ਲੋਕ ਉਹਨਾਂ ਨੂੰ ਪਤਾ ਨਹੀਂ ਹੈਗਾ ਸੋ ਇਸ ਕਰਕੇ ਜੇਕਰ ਆਪਾਂ ਨੌਲੇਜੇਬਲ ਪੀਪਲ ਹੈਗੇ ਆ ਤਾਂ ਆਪਾਂ ਉਸ ਨੌਲੇਜ ਨੂੰ ਆਪਾਂ ਅੱਗੇ ਦੱਸੀਏ ਬਾਅਦ ਤੋਂ ਬਾਅਦ ਸਕੀਮਾਂ ਨੂੰ ਆਵਰੇ ਨੇੜੇ ਤਿਹੜੇ ਨੀਡੀ ਪਰਸਨ ਜਿਹੜੇ ਹੈਗੇ ਆ ਜਾਂ ਤੁਹਾਡੇ ਖੇਤਾਂ ਦੇ ਵਿੱਚ ਕੋਈ ਮਜ਼ਦੂਰ ਕੰਮ ਕਰਦੇ ਆ ਉਹਨਾਂ ਤੋਂ ਤੁਸੀਂ ਆਪਣੇ ਪੁੱਛ ਲਿਆ ਕਰੋ ਵੀ ਕੀ ਤੁਸੀਂ 5 ਲੱਖ ਵਾਲਾ ਕਾਰਡ ਬਣਾਇਆ ਹੋਇਆਗਾ ਜਾਂ ਕੀ ਤੁਹਾਡਾ ਰਾਸ਼ਨ ਕਾਰਡ ਬਣਿਆ ਹੋਇਆ ਠੀਕ ਹੈ ਨਾ ਸੋ ਕਈ ਵਾਰ ਕੀ ਹੁੰਦਾਗਾ ਜਾਂ ਉਹਨਾਂ ਨੂੰ ਇਹ ਦੱਸ ਦੋ ਕਿ ਤੁਸੀਂ ਆਸ਼ੀਰਵਾਦ ਸਕੀਮ ਲਈ ਫਾਰਮ ਅਪਲਾਈ ਕੀਤਾ ਸੀਗਾ ਠੀਕ ਹੈ ਨਾ ਸੋ ਇਸ ਕਰਕੇ ਜਿੰਨਾ ਤੁਸੀਂ ਦੇਖੋ ਵੱਧ ਵੱਧ ਇਸ ਤਰ੍ਹਾਂ ਤੁਸੀਂ ਜੇ ਦੱਸਣ ਦੀ ਕੋਸ਼ਿਸ਼ ਕਰੋਗੇ ਨਾ ਤਾਂ ਤੁਹਾਨੂੰ ਵੀ ਆਪਣੇ ਆਪ ਨੂੰ ਅੰਦਰੋਂ ਇਸ ਤਰ੍ਹਾਂ ਹੋ ਵੀ ਹਾਂ ਯਾਰ ਮੈਂ ਕਿਸੇ ਲਈ ਕੁਐਸਚਨ ਅਕਸ ਕੀਤਾ ਸੋ ਇਸ ਕਰਕੇ ਆਪਣੀ ਨੌਲੇਜ ਦਾ ਫੈਰਾ ਤੁਸੀਂ ਜ਼ਰੂਰ ਦੂਜਿਆਂ ਨੂੰ ਦੇਣਾ ਹੈਗਾ ਨਾ ਹੁਣ ਅੱਗੇ ਦੇਖੋ ਜੀ ਐਪਲੀਕੈਂਟ ਸ਼ੁੱਡ ਓਨਲੀ ਅਪਲਾਈ ਓਨ ਆਸ਼ੀਰਵਾਦ ਸਕੀਮ ਪੋਰਟਲ 1 ਮੰਥ ਬਿਫੋਰ ਮੈਰਿਜ 1 ਮੰਥ ਪਹਿਲਾਂ ਦੇਖੋ ਮੈਰਿਜ ਤੋਂ ਅਪਲਾਈ ਕਰਨਾ ਜੇਕਰ ਤੁਸੀਂ ਨਹੀਂ ਕਰ ਸਕੇ ਫਿਰ ਵੀ ਕੋਈ ਇਸ਼ੂ ਨਹੀਂ ਵਿਦਨ 1 ਮੰਥ ਆਫਟਰ ਮੈਰਿਜ ਤੁਸੀਂ ਅਪਲਾਈ ਕਰ ਸਕਦੇ ਹੋ ਸੋ ਇਸ ਸਕੀਮ ਦੇ ਅੰਦਰ ਦੇਖੋ 51000 ਰੁਪਏ ਅਮਾਉਂਟ ਦਿੱਤਾ ਜਾਂਦਾ ਹੈ ਇੱਕ ਫੈਮਿਲੀ ਤੋਂ ਦੋ ਗਰਲਸ ਹੀ ਐਲੀਜੀਬਲ ਆ ਓਨਲੀ ਦੋ ਗਰਲਸ ਜੇਕਰ ਕਿਸੇ ਦੇ ਚਾਰ ਜਾਂ ਪੰਜ ਕੁੜੀਆਂ ਇਹ ਨਹੀਂ ਹੈਗਾ ਸਾਰੀਆਂ ਕੁੜੀਆਂ ਇਸ ਫੈਮਿਲੀ ਜਿਹੜੀ ਹੈ ਅਸ਼ੀਰਵਾਦ ਸਕੀਮ ਆ ਉਹ ਅਵੇਲ ਕਰ ਸਕਦੇ ਨਹੀਂ ਓਨਲੀ ਫਾਰ ਟੂ ਗਰਲਸ ਐਨਿਵਲ ਇਨਕਮ ਲੈਸ ਦਨ 32790 ਹੋਣੀ ਚਾਹੀਦੀ ਹੈ ਠੀਕ ਹੈ ਐਂਡ ਓਨਲੀ ਪੰਜਾਬ ਰੈਜ਼ੀਡੈਂਟ ਕੀ ਹੈ ਦੇ ਲਈ ਅਪਲਾਈ ਕਰ ਸਕਦੇ 15th ਕੁਐਸਚਨ ਹੈਗਾ ਐਵਰੀ ਵਿਲੇਜ ਇਨ ਪੰਜਾਬ ਹੈਜ਼ ਬੀਨ ਡਿਕਲੇਅਰਡ ਐਜ਼ ਸਰਟੀਫਾਈਡ ਹਰਕਰ ਜਲ ਅੰਡਰ ਜਲ ਜੀਵਨ ਮਿਸ਼ਨ ਠੀਕ ਹੈ ਜੀ ਪੰਜਾਬ ਗਵਰਨਮੈਂਟ ਦੇ ਵੱਲੋਂ ਸਰਟੀਫਾਈਡ ਹਰ ਘਰ ਜਲ ਜਿਹੜਾ ਡੈਜ਼ਿਗਨੇਸ਼ਨ ਆ ਉਹ ਉਹ ਇੰਡੀਆ ਗਵਰਨਮੈਂਟ ਵੱਲੋਂ ਲੈ ਲਈ ਗਈ ਹੈ ਦੇਖੋ ਪਹਿਲਾਂ ਹੀ ਠੀਕ ਹੈ ਨਾ ਇੰਡੀਅਨ ਗਵਰਨਮੈਂਟ ਦਾ ਦੇਖੋ ਕੀ ਟਾਰਗੇਟ ਆ ਟੂ ਸਪਲਾਈ ਪਾਈਪਡ ਵਾਟਰ ਟੂ ਐਵਰੀ ਰੂਰਲ ਹਾਊਸਹੋਲਡ ਬਾਈ 2023 2024 2025 ਔਰ 2026 ਸੋ ਇਹਦਾ ਰਾਈਟ ਆਨਸਰ ਕੀ ਹੈ ਜੀ ਬੀ 2024 ਦੇਖੋ ਪੰਜਾਬ ਗਵਰਨਮੈਂਟ ਨੂੰ ਇਸ ਗੱਲ ਦੇ ਲਈ ਕਾਫੀ ਸਲਾਹਣਾ ਚਾਹੀਦਾ ਬਿਕੋਜ਼ ਇੰਡੀਆਨ ਗਵਰਨਮੈਂਟ ਦਾ ਟਾਰਗੇਟ ਤੋਂ ਪਹਿਲਾਂ ਹੀ ਪੰਜਾਬ ਗਵਰਨਮੈਂਟ ਵੱਲੋਂ ਟਾਰਗੇਟ ਅਚੀਵ ਕਰ ਲਿਆ ਗਿਆ 16th ਕੁਐਸਚਨ ਹੈਗਾ ਕਿ ਪੰਜਾਬ ਗਵਰਨਮੈਂਟ ਦੇ ਵੱਲੋਂ ਸੀਐਮ ਦੀ ਯੋਗਸ਼ਾਲਾ ਇੱਕ ਕੈਂਪੇਨ ਸਟਾਰਟ ਕੀਤਾ ਗਿਆ ਜੀ ਇਸ ਦੇ ਲਈ ਇਨਾਂ ਸਟੇਟਮੈਂਟਸ ਨੂੰ ਰੀਡ ਕਰਦੇ ਆ ਇਟ ਏਮਸ ਟੂ ਮੇਕ ਯੋਗਾ ਆ ਪਾਰਟ ਆਫ ਡੇਲੀ ਲਾਈਫ ਆਫ ਪੀਪਲ ਠੀਕ ਹੈ ਸੈਕੰਡ ਹੈਗਾ ਇਟ ਹੈਜ਼ ਬੀਨ ਸਟਾਰਟਡ ਇਨ 올 ਡਿਸਟ੍ਰਿਕਟਸ ਆਫ ਪੰਜਾਬ which of the following is incorrect this is important here a only one b only two c both and d none so is the right answer ki hai ji b only two only second statement incorrect ha. first statement is right one so dekho ji punjab government walon a initiative start kita gaya so that ke punjab de lokan nu healthy banaya ja sake ਤੰਦਰੁਸਤ ਬਣਾਇਆ ਜਾ ਸਕੇ ਠੀਕ ਹੈ ਨਾ ਐਂਡ ਯੋਗਾ ਨੂੰ ਇੱਕ ਲੋਕਾਂ ਦੀ ਲਾਈਫ ਦਾ ਇੰਟੀਗਰਲ ਪਾਰਟ ਬਣਾਇਆ ਜਾ ਸਕੇ ਐਂਡ ਸੈਕੰਡਲੀ ਇਹ ਜਿਹੜੀ ਸਕੀਮ ਹੈਗੀ ਆ ਇਹ ਸਿਰਫ ਪੰਜਾਬ ਦੇ 4 ਸਿਟੀਸ ਸਟਾਰਟ ਕੀਤੀ ਗਈ ਜਿਵੇਂ ਪਟਿਆਲਾ ਫਗਵਾੜ ਅੰਮ੍ਰਿਤਸਰ ਐਂਡ ਲੁਧਿਆਣਾ ਪੋਸਟ ਬਾਅਦ ਜਿਵੇਂ ਜਿਵੇਂ ਵਧੀਆ ਰਿਸਪੌਂਸ ਮਿਲੂਗਾ ਤੈਨੂੰ ਪੈਨ ਪੰਜਾਬ ਵੀ ਜ਼ਰੂਰ ਐਪਲੀਕੇਬਲ ਕੀਤਾ ਜਾਊਗਾ 17th ਕੁਐਸਚਨ ਹੈਗਾ ਕਨਸੀਡਰ ਦਾ ਫੋਲੋਇੰਗ ਸਟੇਟਮੈਂਟਸ ਰਿਗਾਰਡਿੰਗ ਸਟੇਟ એનર્ਜੀ ਐਫੀਸ਼ੀਐਂਸੀ ਇੰਡੈਕਸ 2021-22 which was released in April 2023 ਇਹ ਪੰਜਾਬ ਨੂੰ ਪਲੇਸ ਕੀਤਾ ਗਿਆ ਜੀ ਅਚੀਵਰ ਕੈਟਾਗਰੀ ਦੇ ਵਿੱਚ ਐਂਡ ਪੰਜਾਬ ਓਨਲੀ ਸਟੇਟ ਆ ਜਿਹਦੀ ਅਚੀਵਰ ਕੈਟਾਗਰੀ ਦੇ ਵਿੱਚ ਆਈ ਹੈ ਵਿਚ ਆਫ ਦਾ ਫੋਲੋਇੰਗ ਇਜ਼ ਕਰੈਕਟ ਸੋ ਦਾ ਰਾਈਟ ਆਨਸਰ ਕੀ ਹੈ ਜੀ ਓਨਲੀ 1 ਓਨਲੀ 1 ਸਟੇਟਮੈਂਟ ਕਰੈਕਟ ਹੈਗੀ ਹੈ ਸੈਕੰਡ ਸਟੇਟਮੈਂਟ ਕੀ ਹੈ ਰੌਂਗ ਹੋ ਜਾਂਦੀ ਹੈ ਸੋ ਹੁਣ ਆਪਾਂ ਇਸ ਸਟੇਟ એનર્ਜੀ ਐਫੀਸ਼ੀਐਂਸੀ ਇੰਡੈਕਸ ਬਾਰੇ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਏਸ ਇੰਡੈਕਸ ਨੂੰ ਦੇਖੋ ਡਵੈਲਪ ਕੀਤਾ ਗਿਆ ਜੀ ਬਿਊਰੋ ਆਫ એનર્ਜੀ ਐਫੀਸ਼ੀਐਂਸੀ ਜਿਹੜੀ ਕਿ ਮਿਨਿਸਟਰੀ ਆਫ ਪਾਵਰ ਦੇ ਅੰਡਰ ਇੱਕ ਸਟਿਟਿਊਟਰੀ ਬਾਡੀ ਹੈਗੀ ਹੈ ਸੋ ਫਰਸਟ ਜਿਹੜੀ ਡੈਜ਼ਿਗਨੇਸ਼ਨ ਆ ਉਹ ਹੈਗੀ ਆ ਫਰੰਟ ਰਨਰ ਕੈਟਾਗਰੀ ਐਂਡ ਇਹ ਉਸ ਸਟੇਟ ਨੂੰ ਮਿਲਦੇ ਜਿਹਦੇ 60 ਤੋਂ ਜ਼ਿਆਦਾ ਪੁਆਇੰਟ ਆਏ ਹੈ ਸੋ ਇਸ ਕੈਟਾਗਰੀ ਜੈਂਡਰ ਆਂਧਰਾ ਪ੍ਰਦੇਸ਼ ਆ ਜਾਂਦਾ ਹੈ ਕਰਨਾਟਕ ਕੇਰਲ ਰਾਜਸਥਾਨ ਐਂਡ ਤੇਲੰਗਾਨਾ ਐਂਡ ਪੰਜਾਬ ਨੂੰ ਪਲੇਸ ਕੀਤਾ ਗਿਆ ਜੀ ਅਚੀਵਰ ਕੈਟਾਗਰੀ ਦੇ ਵਿੱਚ ਐਂਡ ਅਚੀਵਰ ਕੈਟਾਗਰੀ ਦੇ ਵਿੱਚ 50 ਤੋਂ 60 ਪੁਆਇੰਟਸ ਸਕੋਰ ਕਰਨ ਵਾਲੀ ਸਟੇਟ ਆਉਂਦੀ ਹੈ ਐਂਡ ਪੰਜਾਬ ਦੇ ਨਾਲ ਹੋਰ ਕੌਣ ਨੇ ਅਸਾਮ ਹਰਿਆਣਾ ਮਹਾਰਾਸ਼ਟਰ ਐਂਡ ਪੰਜਾਬ ਇਟ ਮੀਨਸ ਕਿ ਇਸ ਕੈਟਾਗਰੀ ਦੇ ਵਿੱਚ ਪੰਜਾਬ ਚੌਥੇ ਨੰਬਰ ਤੇ ਆ ਜਾਂਦਾ ਸੋ ਜਦੋਂ ਆਪਾਂ ਟੌਪ ਪਰਫਾਰਮਿੰਗ ਸਟੇਟਸ ਦੇਖਦੇ ਹਾਂ ਰਿਸਪੈਕਟਿਵ ਸਟੇਟ ਗਰੁੱਪਸ ਦੇ ਵਿੱਚ ਤਾਂ ਕਰਨਾਟਕ ਆਪਣੇ ਗਰੁੱਪ ਦੇ ਵਿੱਚ ਪਹਿਲੇ ਨੰਬਰ ਤੇ ਆਇਆ ਆਂਧਰਾ ਪ੍ਰਦੇਸ਼ ਆਪਣੇ ਗਰੁੱਪ ਵਿੱਚ ਪਹਿਲੇ ਨੰਬਰ ਤੇ ਆਇਆ ਠੀਕ ਹੈ ਨਾ ਅਸਾਮ ਆਪਣੇ ਗਰੁੱਪ ਵਿੱਚ ਪਹਿਲੇ ਨੰਬਰ ਤੇ ਆ ਠੀਕ ਹੈ ਜੀ ਸੋ ਹੁਣ ਬਿਊਰੋ ਆਫ એનર્ਜੀ ਐਫੀਸ਼ੀਐਂਸੀ ਦੀ ਗੱਲ ਕਰਦੇ ਆ ਤਾਂ ਇਟ ਹੈਜ਼ ਬੀਨ ਇਸਟੈਬਲਿਸ਼ਡ ਅੰਡਰ એનર્ਜੀ ਕੰਜ਼ਰਵੇਸ਼ਨ ਐਕਟ ਆਫ 2001 ਇਟਸ ਰੀਲੀ ਇੰਪੋਰਟੈਂਟ 18th ਕੁਐਸਚਨ ਹੈਗਾ ਵਿੱਚੋਂ ਦ ਫੋਲੋਇੰਗ ਯੂਨੀਵਰਸਿਟੀ ਸੈਲੀਬ੍ਰੇਟਿਡ 62nd ਫਾਊਂਡੇਸ਼ਨ ਡੇ A ਪੰਜਾਬੀ ਯੂਨੀਵਰਸਿਟੀ ਪਟਿਆਲਾ B ਪੰਜਾਬੀ ਯੂਨੀਵਰਸਿਟੀ ਚੰਡੀਗੜ੍ਹ C ਗੁਰੂ ਨਾਨਕ ਦੇਵ ਯੂਨੀਵਰਸਿਟੀ ਐਂਡ D ਹੈਗਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਸੋ ਦਾ ਰਾਈਟ ਆਨਸਰ ਇਜ਼ A ਪੰਜਾਬੀ ਯੂਨੀਵਰਸਿਟੀ ਪਟਿਆਲਾ 19th ਕੁਐਸਚਨ ਹੈਗਾ ਵਿਚ ਆਫ ਦਾ ਫੋਲੋਇੰਗ ਡਿਸਟ੍ਰਿਕਟ ਬੀਕਮ ਦਾ ਫਰਸਟ ਡਿਸਟ੍ਰਿਕਟ ਆਫ ਪੰਜਾਬ ਟੂ ਜੁਆਇਨ ਗ੍ਰੀਨ ਜ਼ੋਨ ਇਨ ਅ ਕੈਂਪੇਨ ਟੂ ਮੇਕ ਵਿਲੇਜਸ オーਪਨ ਡੈਫିକੇਸ਼ਨ ਪਲੱਸ ਅੰਡਰ ਸਵਸ਼ ਭਾਰਤ ਮਿਸ਼ਨ ਦੇਖੋ ਸਵਸ਼ ਭਾਰਤ ਮਿਸ਼ਨ ਦੇ ਅੰਡਰ ਗਵਰਨਮੈਂਟ ਦੇ ਵੱਲੋਂ ਕਾਫੀ ਜਿਹੜੀਆਂ ਡੈਜ਼ਿਗਨੇਸ਼ਨਸ ਹਨ ਉਹ ਦਿੱਤੇ ਜਾਂਦੀਆਂ ਨੇ ਠੀਕ ਹੈ ਨਾ ਕਾਫੀ ਜੀ ਆਪਾਂ ਕਹਿ ਲਈਏ ਟਾਈਟਲ ਦਿੱਤੇ ਜਾਂਦੇ ਆ ਵਿਲੇਜ ਨੂੰ ਟਾਈਟਲ ਵਰਡ ਸਹੀ ਹੋ ਗਿਆ ਅਪਰੋਪ੍ਰੀਏਟ ਹੋ ਗਿਆ ਡੈਜ਼ਿਗਨੇਸ਼ਨ ਦੇ ਨਾਲੋਂ ਜਿਵੇਂ ਓਪਨ ਡੈਫਿਨਿਕੇਸ਼ਨ ਦਿੱਤਾ ਜਾਂਦਾ ਫਿਰ ਓਪਨ ਡੈਫਿਨਿਕੇਸ਼ਨ ਪਲੱਸ ਦਿੱਤਾ ਜਾਂਦਾ ਓਪਨ ਡੈਫਿਨਿਕੇਸ਼ਨ ਪਲੱਸ ਪਲੱਸ ਦਿੱਤਾ ਜਾਂਦਾ ਤੁਹਾਡਾ ਹੋਮਵਰਕ ਹੈ ਤੁਸੀਂ ਇਹ ਜਨਨ ਦੀ ਕੋਸ਼ਿਸ਼ ਕਰਨੀ ਕਿ ਕਿਹੜੀ ਸਿਟੀ ਨੂੰ ਕਿਹੜੇ ਵਿਲੇਜ ਨੂੰ ਇਹ ਜਿਹੜਾ ਟਾਈਟਲ ਆ ਉਹ ਕਿਵੇਂ ਪ੍ਰੋਵਾਈਡ ਕੀਤਾ ਜਾਂਦਾ ਸੋ ਪੰਜਾਬ ਦਾ ਉਹ ਪਹਿਲਾ ਡਿਸਟ੍ਰਿਕਟ ਕਿਹੜਾ ਹੈਗਾ ਜਿਹਨੂੰ ਓਪਨ ਡੈਫਿਨਿਕੇਸ਼ਨ ਪਲੱਸ ਦੇ ਵਿੱਚ ਗ੍ਰੀਨ ਜ਼ੋਨ ਵਿੱਚ ਲਿਆ ਗਿਆ ਸੋ ਦਾ ਰਾਈਟ ਆਨਸਰ ਕਿਹਦੇ ਸੰਗਰੂਰ ਜਿਵੇਂ ਦੇਖੋ ਤੁਸੀਂ ਜੋ ਗਵਰਨਮੈਂਟ ਆਫ ਪੰਜਾਬ ਵੱਲੋਂ ਟਵੀਟ ਕੀਤਾ ਗਿਆ ਸੀ ਉਥੋਂ ਮੈਂ ਇਹ ਇਮੇਜ ਨੂੰ ਕੈਪਚਰ ਕਰਨ ਦੀ ਕੋਸ਼ਿਸ਼ ਕੀਤੀ ਹੈ 20th ਹੈਗਾ ਐਸ ਪਰ ਪੰਜਾਬ ਗਵਰਨਮੈਂਟ ਰਿਕਾਰਡਸ ਡਬਲ ਬਰਨਿੰਗ ਇਨਸੀਡੈਂਸ ਇਨ ਪੰਜਾਬ ਡਿਕਰੀਸਡ ਬਾਏ A 10% B 20% C 30% ਐਂਡ D 40% ਸੋ ਦਾ ਰਾਈਟ ਆਨਸਰ ਕਿਹਦੀ ਸੀ C 30% ਜੋ ਪੰਜਾਬ ਦੇ ਸਾਇੰਸ ਐਂਡ ਟੈਕਨੋਲੋਜੀ ਦੇਖੋ ਮਨਿਸਟਰ ਨੇ ਆਲਸੋ এনवायरमेंट ਮਨਿਸਟਰ ਵੀ ਨੇ ਐਂਡ ਆਲਸੋ ਸਪੋਰਟਸ ਮਨਿਸਟਰ ਵੀ ਨੇ ਮੀਟ ਹੈ ਜੀ ਉਹਨਾਂ ਦੇ ਵੱਲੋਂ ਇਹ ਚੀਜ਼ ਦਾ ਖੁਲਾਸਾ ਕੀਤਾ ਗਿਆ ਹੈ ਸਿਗਾ ਕਿ ਪੰਜਾਬ ਦੇ ਵਿੱਚ ਜੋ ਬਰਨਿੰਗ ਇਨਸੀਡੈਂਟਸ ਨੇ ਦੋਜ਼ ਹੈਵ ਬੀਨ ਰਿਡਿਊਸਡ ਬਾਈ 30% ਇਨ ਕੰਪੈਰੀਜ਼ਨ ਟੂ ਪ੍ਰੀਵੀਅਸ ਈਅਰ 21ਸਟ ਕੁਐਸਚਨ ਹੈਗਾ ਵਿੱਚੋਂ ਦਾ ਫੋਲੋਇੰਗ ਸਕੀਮ ਹੈਜ਼ ਬੀਨ ਇਨੋਗਰੇਟਿਡ ਇਨ ਪੰਜਾਬ ਫਾਰ

ਸੋ ਦੈਟ ਕਿ ਜਿਹੜੇ ਸੱਤ ਹਾਈ ਡਿਮਾਂਡ ਜੋਬ ਰੋਲਸ ਨੇ ਠੀਕ ਹੈ ਨਾ ਉਹਨਾਂ ਦੇ ਬਾਰੇ ਬੱਚਿਆਂ ਨੂੰ ਵੱਧ ਤੋਂ ਵੱਧ ਸਕਿੱਲਸ ਦੀ ਸ਼ਾਰਪਨਿੰਗ ਕੀਤੀ ਜਾ ਸਕੇ ਐਂਡ ਇਹ ਟੋਟਲ ਫ੍ਰੀ ਆਫ ਕੋਸਟ ਹੋਊਗੀ 2100 ਸਟੂਡੈਂਟਸ ਨੂੰ ਸਾਰੀ ਸਟੇਟ ਦੇ ਵਿੱਚ ਇਹ ਪ੍ਰੋਵਾਈਡ ਕੀਤੀ ਜਾਊਗੀ 22nd ਕੁਐਸਚਨ ਹੈਗਾ ਜੀ ਜਸਟਿਸ ਸੰਤ ਪ੍ਰਕਾਸ਼ ਰੀਸੈਂਟਲੀ ਅਸਜ਼ੂਮਡ ਚਾਰਜ ਆਫ ਪੰਜਾਬ ਹਿਊਮਨ ਰਾਈਟਸ ਕਮਿਸ਼ਨ ਪੰਜਾਬ ਮਿਲਕ ਫੈਡ ਪੰਜਾਬ ਇਨਫੋਰਮੇਸ਼ਨ ਕਮਿਸ਼ਨ ਔਰ ਡੀ ਪੰਜਾਬ ਲੋਕਪਾਲ ਦਾ ਰਾਈਟ ਆਨਸਰ ਕੀ ਹੈ ਜੀ ਏ ਪੰਜਾਬ ਹਿਊਮਨ ਰਾਈਟਸ ਕਮਿਸ਼ਨ ਦੇਖੋ ਜੋ ਪੰਜਾਬ ਹਿਊਮਨ ਰਾਈਟਸ ਕਮਿਸ਼ਨ ਹੈ ਉਹੀ ਵਰਕ ਕਰਦਾ ਹੈਗਾ ਯੂਟੀ ਚੰਡੀਗੜ੍ਹ ਦੇ ਹਿਊਮਨ ਰਾਈਟਸ ਕਮਿਸ਼ਨ ਦੇ ਵਜੋਂ ਠੀਕ ਹੈ ਸੋ ਆਪਾਂ ਇਹਨੂੰ ਕੰਬਾਈਨਲੀ ਕਹਿੰਦੇ ਆ ਪੰਜਾਬ ਐਂਡ ਯੂਟੀ ਚੰਡੀਗੜ੍ਹ ਸਟੇਟ ਹਿਊਮਨ ਰਾਈਟਸ ਕਮਿਸ਼ਨ ਐਂਡ ਹਿਊਮਨ ਰਾਈਟਸ ਕਮਿਸ਼ਨ ਇਜ਼ ਅ ਸਟੈਚੂਟਰੀ ਬਾਡੀ ਠੀਕ ਹੈ ਜੀ ਇਹ ਗੱਲ ਯਾਦ ਰੱਖਣਾ ਹੈਗਾ ਇਹ ਕਨਸਟੀਟਿਊਸ਼ਨਲ ਬਾਡੀ ਨਹੀਂ ਹੈਗੀ 23rd ਕੁਐਸਚਨ ਹੈਗਾ ਪੰਜਾਬ ਸੀਐਮ ਲੇਟ ਫਾਊਂਡੇਸ਼ਨ ਸਟੋਨ ਆਫ ਗੁਰੂ ਰਵਿਦਾਸ ਬਾਣੀ ਅਧਿਆਨ ਸੈਂਟਰ ਐਟ ਬੱਲਾਂ ਇਹ ਬੱਲਾਂ ਕਿਹੜੇ ਡਿਸਟ੍ਰਿਕਟ ਲਿਕੇਟਡ ਆ ਇਹ ਹੁਸ਼ਿਆਰਪੁਰ ਆ ਬੀ ਲੁਧਿਆਣਾ ਸੀ ਜਲੰਧਰ ਡੀ ਮੂਗਾ ਸੋ ਦਾ ਰਾਈਟ ਆਨਸਰ ਕੀ ਹੈ ਜੀ ਸੀ ਜਲੰਧਰ ਸੋ ਰੀਸੈਂਟਲੀ ਕੀ ਹੋਇਆ ਸੀਗਾ ਕਿ ਪੰਜਾਬ ਗਵਰਨਮੈਂਟ ਦੇ ਵੱਲੋਂ ਜੋ ਗੁਰੂ ਰਵਿਦਾਸ ਬਾਣੀ ਅਧਿਆਨ ਸੈਂਟਰ ਬੱਲਾਂ ਦੇ ਵਿਖੇ ਹੈਗਾ ਉਹਨਾਂ ਨੂੰ 25 ਕਰੋੜ ਜਿਹੜਾ ਚੈੱਕ ਉਹ ਦਿੱਤਾ ਗਿਆ ਜੀ ਠੀਕ ਹੈ ਜੀ ਸੋ ਲਾਸਟ ਕੁਐਸਚਨ ਹੈਗਾ ਜੀ ਪੰਜਾਬ ਗਵਰਨਮੈਂਟ ਰੀਸੈਂਟਲੀ ਇਨੋਗਰੇਟਡ ਚਿੱਲੀ ਕਲਸਟਰ ਐਟ ਵਿਲੇਜ ਮਹਿਲਮ ਇਟ ਇਜ਼ ਲੋਕੇਟਡ ਇਨ ਵਿਚ ਡਿਸਟ੍ਰਿਕਟ A ਬਟਿੰਡਾ B ਮੋਗਾ C ਫਰੀਦਕੋਟ ਐਂਡ D ਫਰੋਸਪਰ ਸੋ ਦਾ ਰਾਈਟ ਆਨਸਰ ਕੀ ਹੈ ਜੀ D ਫਰੋਸਪਰ ਦੇਖੋ ਗਵਰਨਮੈਂਟ ਡਾਇਵਰਸੀਫਿਕੇਸ਼ਨ ਆਫ ਐਗਰੀਕਲਚਰ ਲਈ ਕਾਫੀ ਐਫਰਟਸ ਕਰ ਰਹੀ ਹੈ ਸੋ ਆਪਾਂ ਪਿਛਲੀ ਵੀਡੀਓਜ਼ ਦੇ ਵਿੱਚ ਦੇਖਿਆ ਸੀਗਾ ਕਿ ਗਵਰਨਮੈਂਟ ਵੱਲੋਂ ਹਾਰਟੀਕਲਚਰ ਕਲਸਟਰ ਐਸਟੈਬਲਿਸ਼ ਕੀਤੇ ਗਏ ਨੇ ਗਵਰਨਮੈਂਟ ਸਿਰਫ ਫਾਰਮਿੰਗ ਤੇ ਕੰਮ ਕਰ ਰਹੀ ਹੈ ਗਵਰਨਮੈਂਟ ਦੇ ਵੱਲੋਂ ਬਾਸਮਾ ਦੇ ਉੱਪਰ ਐਮਐਫਪੀ ਦਿੱਤੀ ਜਾ ਰਹੀ ਹੈ ਗਵਰਨਮੈਂਟ ਦੇ ਵੱਲੋਂ ਕਾਟਨ ਪ੍ਰਾਈਸ ਨੂੰ ਸਬਸਿਡਾਈਜ਼ ਕੀਤਾ ਜਾ ਰਿਹਾ ਸੋ ਆਲ ðiਜ਼ ਐਫਰਟਸ ਆਰ ਫਾਰ ਡਾਈਵਰਸੀਫਿਕੇਸ਼ਨ ਆਫ ਐਗਰੀਕਲਚਰ ਠੀਕ ਹੈ ਜੀ ਸੋ ਥੈਟ ਕਿ ਜੋ ਕਣਕ ਤੇ ਝੋਨੇ ਦਾ ਇੱਕ ਵਿਸ਼ੇਸ਼ ਸਰਕਲ ਬਣਿਆ ਹੋਇਆ ਉਹਨੂੰ ਬ੍ਰੇਕ ਕੀਤਾ ਜਾ ਸਕੇ ਸੋ ਇਸਗੇ ਜੀ ਅਪ੍ਰੈਲ 2023 ਦੇ ਕਰੰਟ ਅਫੇਅਰਸ ਆਈ ਹੋਪ ਕਿ ਤੁਹਾਨੂੰ ਤੁਹਾਡੇ ਐਗਜ਼ਾਮਸ ਵਿੱਚ ਕਾਫੀ ਹੈਲਪ ਕਰਨਗੇ ਸੋ ਇਫ ਐਨੀਵਨ ਹੈਵ ਐਨੀ ਡਾਊਟਸ ਤਾਂ ਤੁਸੀਂ ਮੈਨੂੰ ਕਮੈਂਟ ਕਰ ਸਕਦੇ ਹੋ ਮੈਂ ਤੁਹਾਡੇ ਕੁਐਰੀਸ ਨੂੰ ਅਡਰੈਸ ਕਰਨ ਦੀ ਜ਼ਰੂਰ ਕੋਸ਼ਿਸ਼ ਕਰਾਂਗਾ ਠੀਕ ਹੈ ਜੀ ਸੋ ਮਿਲਦੇ ਆਂ ਆਪਾਂ ਨੈਕਸਟ ਵੀਡੀਓ ਦੇ ਵਿੱਚ ਥੈਂਕ ਯੂ